ਮੈਨੂੰ ਲੱਗਦਾ ਬੇਬੇ ਹੌਲੀ ਹੌਲੀ ਕੈਨੇਡਾ ਅਮਰੀਕਾ ਬਣ ਜੂ ਰੇ ਹੋਰ ਮੌਸਮ ਬਦਲ ਜੂਗਾ ਹੋਰ ਬੇਬੇ ਠੀਕ ਹੈ ਪੁੱਤ ਪੁੱਤ ਮੇਰੀ ਦਵਾਈ ਦੋ ਤਿੰਨ ਕ ਦਿਨਾਂ ਦੀ ਰਹਿ ਗਈ ਅੱਛਾ ਚਲ ਕੋਈ ਨਾ ਫਿਰ ਲੈ ਆਉਂਗਾ ਮੈਂ ਦੋ ਤਿੰਨ ਦਿਨਾਂ ਦੀ ਤਾਂ ਪਈ ਹੈ ਹਜੇ ਹਾਂ ਦੋ ਤਿੰਨ ਦਿਨ ਤੇ ਹੈਗੀ ਪੁੱਤ ਲੈ ਆਉਂ ਮੈਂ ਕੱਲ ਜਾਂ ਪਰਸੋਂ ਨੂੰ ਚਲ ਮੈਂ ਆਖਿਆ ਲੈ ਪਹਿਲਾਂ ਹੀ ਦੱਸਦਾ ਨਾ ਵਧੀਆ ਕਰਿਆ ਵਧੀਆ ਕਰਿਆ ਲੈ ਆਉਂਗਾ ਨਾਲੇ ਉਸੇ ਤੋਂ ਲਿਆਈ ਪੁੱਤ ਵਧੀਆ ਦਵਾਈ ਦਿੰਦਾ ਉਹ ਹਾਂ ਉਹ ਤੋਂ ਹੀ ਲਿਆਉਂ ਰੇਟ ਵੀ ਠੀਕ ਲਾਉਂਦਾ ਉਹ ਹਾਂ ਰੇਟ ਵੀ ਠੀਕ ਹੈ ਨਾਲੇ ਦਵਾਈ ਵੀ ਸਾਮੀ ਹੁੰਦੀ ਹੈ ਹਾਂ ਜਮਾ ਸਾਮੀ ਹੁੰਦੀ ਹੈ ਫਾਇਦਾ ਹੁੰਦਾ ਹਾਂ ਨਹੀਂ ਤਾਂ ਦੂਜੇ ਕਹਿੰਦੇ ਨੇ ਉਹੀ ਸਾਲਟ ਹੈ ਆ ਲੈ ਜਾ ਬਦਲ ਦਿੰਦੇ ਨੇ ਸੀਸੀਆਂ ਜੀ ਤੋਂ ਵੱਧ ਬਣਦੇ ਨੇ ਉਹ ਦੇ ਦਿੰਦੇ ਨੇ ਹਾਂ ਹਾਂ ਹੋਰ ਦੇਸੀ ਜੇ ਪੱਤੇ ਦੇ ਦਿੰਦੇ ਨੇ ਚੱਕ ਕੇ ਇਹ ਠੀਕ ਦਿੰਦੇ ਹਾਂ ਮਿਲ ਜਾਂਦੀ ਹੈ ਤੋਂ ਤਾਂ ਹਰੇਕ ਦਵਾਈ ਨਾਲੇ ਨਾ ਚੱਲ ਵਧੀਆ ਨਾਲ ਦੀ ਹੋਈ ਲਈ ਵੱਡੀ ਦੁਕਾਨ ਹੈ ਮੈਂ ਉਹੀ ਲਿਆਉਂਗਾ ਹੋਰ ਤਾਂ ਆਪਾਂ ਨੂੰ ਕੀ ਰੋੜਾ ਲਿਆਉਣ ਦੀ ਆ ਦੇਖ ਲੈ ਆ ਪੈਗਲਾ ਝੂਠਾ ਪਾਣੀ ਪੀ ਕੇ ਮੌਜ ਨਾਲ ਧਰਨ ਕਿੰਨੇ ਵਾਰੀ ਕਿਹਾ ਵੀ ਜਿੱਥੇ ਭਾਂਡੇ ਮਾਂਜਣ ਵਾਲੇ ਪਏ ਹੁੰਦੇ ਨੇ ਉੱਥੇ ਧਰ ਦਿਆ ਕਰੋ ਮੈਂ ਪੁੱਛਦੀ ਹਾਂ ਮੈਂ ਕਰਦੀ ਹਾਂ ਗੱਲ ਇਸੇ ਨੇ ਪੀਤਾ ਹੋਣਾ ਨਾ ਮੇਰੀ ਗੱਲ ਸੁਣ ਪਾਣੀ ਤੂੰ ਪੀਤਾ ਰਸੋਈ ਚ ਹਾਂ ਮੈਂ ਪੀਤਾ ਫਿਰ ਗਲਾਸ ਤੈਨੂੰ ਉੱਥੇ ਰੱਖਣ ਨੂੰ ਕਿਹਨੇ ਕਿਹਾ ਤੀ ਤੈਨੂੰ 20 ਵਾਰੀ ਕਹਿਤਾ ਮੈਂ ਵੀ ਜਦੋਂ ਵੀ ਕੋਈ ਭਾਂਡਾ ਠੀਕਰ ਹੋਵੇ ਤਾਂ ਝੂਠੇ ਭਾਂਡੇ ਧਰ ਦਿਆ ਕਰੋ ਜਿੱਥੇ ਮਾਂਜਣ ਵਾਲੇ ਪਏ ਹੁੰਦੇ ਨੇ ਭੁੱਲ ਗਿਆ ਮੈਂ ਬਸ ਚੱਲ ਹੁਣ ਧਰ ਹੋ ਖੜਾ ਧਰ ਦਨ ਨਾ ਮੇਰੀ ਗੱਲ ਸੁਣ ਬੇਬੇ ਅੰਦਰ ਤੂੰ ਬੜੀ ਸੀ ਹਾਂ ਪੁੱਤ ਮੈਂ ਬੜੀ ਸੀ ਮੈਂ ਗਈ ਸੀ ਕੰਗਾ ਚੱਕਣ ਗਈ ਸੀ ਕੰਗਾ ਚੱਕਣ ਸਾਰੇ ਪੋਚੇ ਚ ਪੈਣਾ ਕਰੇ ਆਈ ਜਾ ਹੁਣ ਚੱਕ ਪੋਚਾ ਪੋਚਾ ਲਾ ਦੇ ਉੱਥੇ ਲਾ ਦਿੰਦੀ ਆ ਪੁੱਤ ਲਾ ਦੇ ਲਾ ਦਿੰਦੀ ਪੋਚੇ ਨੂੰ ਸਮਾਰ ਕੇ ਧੋ ਲਈ ਸਮਾਰ ਕੇ ਸੁਕਾ ਦੀ ਉੱਤੋਂ ਤਾਂ ਰੱਬ ਠੰਡ ਪਾਉਣ ਲੱਗ ਰਿਹਾ ਪੋਚੇ ਤਾਂ ਉਹ ਨਹੀਂ ਸੁੱਕਦੇ ਹੈਗੇ ਆਪ ਮੌਜ ਨਾ ਵੜ ਗਈ ਕੋਲੇ ਸੁਖਪਾਲ ਮੈਂ ਪਿਛਲੇ ਪਾਸੇ ਗਈ ਸੀ ਆਪਣੀਆਂ ਲੱਕੜਾਂ ਥੋੜੀਆਂ ਜੀ ਰਹਿ ਗਈਆਂ ਅੱਛਾ ਕੋਈ ਚੱਕ ਚੁੱਕ ਲੈ ਗਿਆ ਹੋ ਬੇਬੇ ਤੂੰ ਤਾਂ ਹੀ ਵਾਲਾ ਹੋਰ ਆ ਠੰਡ ਵਾਲੀ ਆ ਹੁਣ ਸੁੱਕਾ ਬਾਲਣ ਮਸਾ ਮਿਲ ਜਾ ਹਾਂ ਹਾਂ ਹੁਣ ਗਵਰਨਮੈਂਟ ਕਹਿੰਦੀ ਐ ਵੀ ਲੱਕੜ ਲਾਓ ਦਰਖਤ ਹੁਣ ਲਾਉਂਦਾ ਤਾਂ ਕੋਈ ਹੈ ਨਹੀਂ ਲੱਕੜਾਂ ਨੂੰ ਅਗਲਾ ਸਿਆਲ ਚ ਉਹਦੀ ਚੱਕ ਲੈਂਦੇ ਆਹੀ ਤਾਂ ਗੱਲ ਐ ਉਹ ਤਾਂ ਸੁਣਦੇ ਨਹੀਂ ਸਰਕਾਰਾਂ ਦੀ ਲੋਕ ਵੀ ਇਹ ਤਾਂ ਉਹੀ ਭੌਕੇ ਜਾਂਦੀਆਂ ਨੇਗੀਆਂ ਸਰਕਾਰਾਂ ਦਾ ਕੀ ਐ ਹੈ ਵੀ ਜੇ ਦਰਖਤ ਲਾਉਂਗੇ ਦਰਖਤਾਂ ਦੀ ਮੌਜ ਰਹੂਗੀ ਆਪਾਂ ਨੂੰ ਹੋਰ ਨਾਲੇ ਤਾਂ ਛਾਂ ਲੈਨੇ ਆ ਹੈ ਨਾਲੇ ਵਾਤਾਵਰਨ ਸਾਫ ਹੁੰਦਾ ਤੇ ਨਾਲੇ ਲੱਕੜਾਂ ਫੂਕਦੇ ਆ ਵਧੀਆ ਦਰਖਤ ਛਾਂਗ ਲੈਨੇ ਆ ਹੋਰ ਨਾਲੇ ਆ ਚੱਕਣ ਲੱਗੇ 5 ਮਿੰਟ ਲਾਉਂਦੇ ਨੇ ਆ ਮਹੀਨੇ ਤਾਂ ਬਾਲੀ ਹੀ ਲੋੜ ਪੈਂਦੀ ਆ ਕੋਈ ਬਾਲਣ ਦੀ ਮੈਂ ਬਾੜੇ ਦੇਖੀ ਪਾਥੀਆਂ ਵੀ ਨਹੀਂ ਹੈਗੀਆਂ ਆਪਣੀਆਂ ਸੁੱਕੀਆਂ ਕਿੰਨੀਆਂ ਪਈਆਂ ਤੀਆਂ ਲੈ ਉਹ ਵੀ ਲੈ ਗਿਆ ਹੋਣਾ ਕੋਈ ਚੱਕ ਕੇ ਹੋਰ ਅਸੀਂ ਤੁਰੇ ਜਾਂਦੇ ਰਹਿ ਜਾਂਦੇ ਰਾਹ ਵਾਲਾ ਵਗਦਾ ਨਾ ਬੇਬੇ ਹੁਣ ਖੇਤਾਂ ਵੰਨੇ ਵਾਲੇ ਵੀ ਜਾਂਦੇ ਨੇ ਜੋ ਵੀ ਪਾਣੀ ਪੁਰਤਾ ਨਹੀਂ ਲਾਉਣਾ ਉਹ ਵੀ ਤੂੰ ਹੀ ਲਾਉਂਦੇ ਨੇ ਹੋਰ ਹੋਰ ਠੰਡ ਬੇਬੇ ਲੋੜਿਆਂ ਦੀ ਪੈਂਦੀ ਐ ਇਹ ਤੇ ਕੀ ਤਾਂ ਇਹ ਚੱਕਣ ਦਾ ਨਾਂ ਹੀ ਲੈਂਦਾ ਹੋਰ ਰੋਜ਼ ਦੇਖ ਲੈ ਸਾਰੀ ਜਨਵਰੀ ਜਾਣ ਵਾਲੀ ਹੋ ਰਹੀ ਹੈਗੀ ਹੈ ਲੋੜੀ ਨਹੀਂ ਉਹ ਨਹੀਂ ਪੈਂਦਾ ਹੈਗਾ ਅੱਗੇ ਲੋੜੀ ਤੋਂ ਬਾਅਦ ਉਹਦੀ ਧੁੱਪਾਂ ਕੱਢ ਲੈਂਦੇ ਆ ਕਹਿੰਦੇ ਵਾਹੀਆਂ ਤਾਈਆਂ ਚੜ ਗਈਆਂ ਧੁੱਪਾਂ ਨਿਕਲ ਗਈਆਂ ਹੁਣ ਸੰਗ ਉਦੋਂ ਜਿਆਦੇ ਹਾਂ ਮੈਨੂੰ ਲੱਗਦਾ ਬੇਬੇ ਹੌਲੀ ਹੌਲੀ ਕੈਨੇਡਾ ਅਮਰੀਕਾ ਬਣ ਜੂ ਰੇ ਹੋਰ ਮੌਸਮ ਬਦਲ ਜੂਗਾ ਪਹਿਲਾਂ ਨਾਲੋਂ ਤਾਂ ਬਹੁਤ ਬਦਲ ਗਿਆ ਹੋਰ ਹੋਰ ਅਸੀਂ ਨਿੱਕੀਆਂ ਹੁੰਦੀਆਂ ਵਾਲੀ ਉਹ ਹੁੰਦਾ ਅੱਛਾ ਧੁੰਦਾਂ ਵਾਲੀਆਂ ਹੁੰਦੀਆਂ ਹੁਣ ਤਾਂ ਚੱਲ ਥੋੜੀਆਂ ਮਹੀਨਾ 20 ਦਿਨ ਪੈਂਦੀਆਂ ਨੇ ਪਹਿਲਾਂ ਤਿੰਨ ਤਿੰਨ ਮਹੀਨੇ ਧੁੰਦ ਚੱਲੀ ਜਾਂਦੀ ਹੈ ਅੱਛਾ ਅਸ ਤਾਂ ਕਹਿੰਦੇ ਹੁਣੀ ਵੱਧ ਪੈਂਦੀਆਂ ਨੇ ਕਿਤੇ ਨਾ ਹੁਣ ਤਾਂ ਬਹੁਤ ਪਹਿਲਾਂ ਵਾਂਗੂ ਉਹ ਲੇਟ ਪੈਣ ਲੱਗੀਆਂ ਬੇਬੇ ਉਹ ਮਹੀਨੇ ਚ ਨਹੀਂ ਪੈਂਦੀਆਂ ਹੁਣ ਹਾਂ ਸੁਖਪਾਲਾ ਤੇ ਸੂਟ ਦਾ ਰੰਗ ਜਿਹਾ ਫੁੱਟ ਗਿਆ ਹਨਾ ਹਾਂ ਬੇਬੇ ਰੰਗ ਫਿੱਟ ਗਿਆ ਦਾ ਹੋਰ ਹਾਂ ਸੋਹਣਾ ਸੀ ਸੂਟ ਤਾਂ ਹਾਂ ਸੂਟ ਸੋਹਣਾ ਸੀ ਵਧੀਆ ਸੀ ਇਹਨਾਂ ਦਾ ਰੰਗ ਵਧੀਆ ਪਿਆ ਹਾਂ ਹਾਂ ਜੱਸੇ ਵਾਲਿਆਂ ਦਾ ਸੁਖਪਾਲ ਆਪਣੇ ਮੇਜਰ ਦਾ ਫੋਨ ਆਇਆ ਸੀ ਯਾਰ ਉਹ ਕਹਿੰਦਾ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਸੀਗਾ ਉਹ ਕੰਪਨੀ ਘਾਟੇ 'ਚ ਬਾਗੀ ਮੁਲਾਜ਼ਮੀ ਕੱਢਤੇ ਉਹਨਾਂ ਨੇ ਤਾਂ ਸਾਰੇ ਕਹਿੰਦਾ ਮੈਂ ਤੇ ਰਾਜਵਿੰਦਰ ਤਾਂ ਹੁਣ ਪਿੰਡ ਆਈ ਜਾਂਦੇ ਆ ਪੰਜਾਬ ਆਉਂਦੇ ਆ ਕਹਿੰਦਾ ਮੈਂ ਤਾਂ ਤੇਰੇ ਨਾਲ ਵਾਹੀ ਕਰ ਲੂੰਗਾ ਅੱਛਾ ਹੂੰ ਕੰਪਨੀ ਤਾਂ ਉਹ ਕਿੰਨੀ ਵਧੀਆ ਸੀ ਵੱਡੀ ਕੰਪਨੀ ਤੇ ਪੂਰੀ ਉਹ ਕਿਵੇਂ ਬੰਦ ਕਰਨ ਲੱਗੇ ਮੁਲਾਜ਼ਮ ਕੱਢਣ ਲੱਗੇ ਕੱਢਣ ਕੀ ਲੱਗੇ ਕੰਪਨੀ ਤਾਂ ਬਥੇਰੀ ਵਧੀਆ ਸੀ ਤਕੜੀ ਸੀ ਕੰਪਨੀ ਤਾਂ ਹੁਣ ਜਦੋਂ ਘਾਟੇ 'ਚ ਬਾਗੀ ਅਗਲਾ ਪੱਲਿਓਂ ਤਰਗਾਹਾਂ ਕੌਣ ਦਿੰਦਾ ਹਾਂ ਪੱਲਿਓਂ ਤਾਂ ਕੌਣ ਦੇਵੇ ਭਾਈ ਹੂੰ ਇਹ ਵੀ ਗੱਲ ਸਹੀ ਹੈ ਅਗਲੇ ਨੇ ਕੱਢਤੀ ਫਿਰ
ਲੈ ਬੂਹੇ ਮਾਰ ਜਾ ਆ ਜਿਹੜੀਆਂ ਕੰਪਨੀ ਵੀ ਘਾਟੇ 'ਚ ਵਗ ਜਾਂਦੀਆਂ ਨੇ ਜੇ ਹੋਰ ਹੈ ਉਹਨੇ ਵੀ ਮੂਰਖਤਾ ਕਰੀ ਆਪਣੇ ਮੇਜਰ ਨੇ ਵੀ ਦਿੱਲੀ ਜਾਣ ਦੀ ਮੂੰਹ ਚੱਕ ਕੇ ਦਿੱਲੀ ਵਗ ਗਿਆ ਲੈ 8 ਕਿੱਲੇ ਆਪਣੇ ਕੋਲ ਹੈਗੇ ਤੇ ਬਣ ਦੇ ਦੋ ਚਾਰ ਠੇਕੇ ਤੇ ਲੈ ਲਿਆ ਕਰਦੇ 15 ਕਿੱਲੇ 16 ਕਿੱਲੇ ਕਰ ਲੈਂਦੇ ਚਲ ਮੌਜ ਤੀਗੀ ਉਹ ਆਪਦੇ ਘਰ ਆਈ ਨੂੰ ਵੀ ਲੈ ਗਿਆ ਨਾਲ ਰਾਜਵਿੰਦਰ ਨੂੰ ਨਵਾਂ ਨਵਾਂ ਦਾ ਵਿਆਹ ਹੋਇਆ ਤੀਗਾ ਚਲ ਕੋਈ ਨਾ ਆ ਜਾਣਗੇ ਪਰ ਮੇਰੀ ਗੱਲ ਸੁਣ ਉਹਨਾਂ ਦੋਵਾਂ ਨੂੰ ਸਮਝਾ ਦੀ ਚੰਗੀ ਤਰ੍ਹਾਂ ਵੀ ਇਹ ਘਰ 'ਚ ਮੇਰੇ ਸਾਹਿਬ ਕੁਦਾਰ ਨਾਲ ਰਹਿਣਾ ਪਊਗਾ ਨਾ ਨਾ ਕੋਈ ਨਾ ਤੂੰ ਫਿਕਰ ਨਾ ਕਰ ਉਹ ਸਮਝਾ ਦੂੰਗਾ ਮੈਂ ਹਾਂ ਦੋਨਾਂ ਨੂੰ ਸਮਝਾ ਦੀ ਅੱਜ ਆਉਣਗੇ ਕਿ ਕੱਲ ਨੂੰ ਕੱਲ ਨੂੰ ਅੱਛਾ ਚੱਲ ਆ ਜਾਈਏ ਵਿਚਾਰੇ ਚੱਲ ਚੱਲ ਵਧੀਆ ਭਾਈ ਮੇਜਰ ਹੋਰ ਘਰੇ ਆ ਜਾਣਗੇ ਆਪਣੇ ਹੋਰ ਵਧੀਆ ਬੇਬੇ ਮੈਨੂੰ ਤਾਂ ਐ ਫਿਕਰ ਲੱਗ ਰਿਹਾ ਜੱਸੇ ਵੀ ਮੇਜਰ ਨੂੰ ਤਾਂ ਪਤਾ ਹੈ ਵੀ ਸੁਖਪਾਲ ਦੇ ਸਿਹਾਬ ਕਿਤਾਬ ਦਾ ਵੀ ਇਹ ਆਪਣੇ ਘਰ 'ਚ ਇਹਦੀ ਚੱਲਦੀ ਹੈ ਹੁਣ ਉਹਦੀ ਬਹੂ ਨੂੰ ਤਾਂ ਨਹੀਂ ਪਤਾ ਰਾਜਿੰਦਰ ਨੂੰ ਵੀ ਉਹਦੇ ਹੁਕਮ 'ਚ ਚੱਲੂਗੀ ਕਿ ਨਾ ਸੁਖਪਾਲ ਦੇ ਹੁਕਮ 'ਚ ਤਾਂ ਫਿਰ ਬੇਬੇ ਚੱਲਣਾ ਹੀ ਪਊਗਾ ਇਹਦੇ ਸੁਭਾਅ ਦਾ ਆਪਾਂ ਨੂੰ ਪਤਾ ਹੀ ਹੈ ਹੋਰ ਹੈਂ ਮੇਜਰ ਨੂੰ ਆਪਾਂ ਸਮਝਾ ਦਿਆਂਗੇ ਗੱਲ ਮੇਜਰ ਨੂੰ ਤਾਂ ਬਾਕੀ ਪਤਾ ਹੀ ਹੈ ਗਾਹਾਂ ਰਾਜਵਿੰਦਰ ਨੂੰ ਸਮਝਾ ਦੇ ਵੀ ਭਾਈ ਤੂੰ ਨਹੀਂ ਜੇ ਘਰ 'ਚ ਰਹਿਣਾ ਫਿਰ ਚੱਲਣਾ ਪਊਗਾ ਹੁਕਮ 'ਚ ਤਾਂ ਚੱਲ ਐਂ ਤਾਂ ਕੋਈ ਗੱਲ ਨਹੀਂ ਰਾਜਵਿੰਦਰ ਨੂੰ ਮੈਂ ਵੀ ਸਮਝਾ ਦੂੰਗੀ ਐਂ ਤਾਂ ਕੋਈ ਗੱਲ ਨਹੀਂ ਬਹੁਤ ਠੀਕ ਹੈ ਫਿਰ ਬੇਬੇ ਹੋਰ ਚੱਲ ਮੈਂ ਤਾਂ ਫਿਰ ਹਰਾ ਲਿਆ ਨਾ ਵੱਢ ਕੇ ਹੈ ਚੱਲ ਵੱਢ ਲਿਆ ਫਿਰ ਤੁਹਾਨੂੰ ਤਾਂ ਲੈਂਦੀ ਨਹੀਂ ਹੈਗੀ ਦੁਬਾਰੇ ਪੈਣ ਲੱਗ ਜਾਂਦੇ ਹੋਰ ਇਹਦਾ ਕੀ ਪਤਾ ਧੁੱਪ ਕੱਢੇ ਕਿ ਨਾ ਹੋਰ ਵੱਢ ਦਿੰਦੇ ਹਾਂ ਜੀ ਤੂੰ ਹੀ ਤਾਂ ਹੀ ਪਾ ਲਾਂਗੇ ਉੱਥੇ ਹੋਰ ਕੀ ਹੈ ਪੱਲੀਆਂ ਵੀ ਗਿੱਲੀਆਂ ਪਈਆਂ ਆਪਣੀਆਂ ਤਾਂ ਅੰਦਰ ਦੇਖ ਲੈ ਕੋਈ ਬਰਾਂਡੇ 'ਚ ਸੁੱਕੀ ਹੋਣੀ ਸੁੱਕੀ ਦੇਖਦਾ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਹੈਂ ਬਾਹੀ ਜੋਗੀ ਜ਼ਮੀਨ ਹੈਗੀ ਆਪਣੇ ਕੋਲ ਫਿਰ ਕੀ ਹੋ ਗਿਆ ਰਲ ਕੇ ਬਾਹੀ ਕਰਦੇ ਹਾਂ ਕੱਢਤੇ ਫਿਰ ਕੀ ਹੋ ਗਿਆ ਐਡੀ ਕੀ ਗੱਲ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਬਾਈ ਯਾਰ ਐਂ ਯਾਰ ਦੁੱਖ ਜ਼ਿਆਦਾ ਹੁੰਦੀ ਹੈ ਵਧੀਆ ਸੈਟਿੰਗ ਹੋ ਰਹੀ ਸੀਗੀ 50,000 ਰੁਪਇਆ ਤੀ ਮਹੀਨੇ ਦਾ ਚੜੇ ਮਹੀਨੇ ਆ ਜਾਂਦਾ ਤੀ ਚੱਲ ਐਂ ਤੀ ਹੌਲੀ ਹੌਲੀ ਹੋਰ ਵੱਧ ਜਾਂਦੀ ਹੈਗਾ ਤਾਂ ਵਧੀਆ ਤੀ ਕੀ ਕਰੀਏ ਫਿਰ ਜਦੋਂ ਹੁਣ ਕੰਪਨੀ ਨੇ ਕੱਢ ਹੀ ਦਿੱਤੇ ਮੁਲਾਜ਼ਮ ਤੈਨੂੰ ਕੀ ਇਕੱਲੇ ਨੂੰ ਕੱਢਿਆ ਉਹਨਾਂ ਨੇ ਸਾਰੀ ਕੱਢਿਆ ਉਹਨਾਂ ਨੇ ਤਾਂ ਹਾਂ ਬਾਈ ਕੱਢੇ ਤਾਂ ਸਾਰੀਆਂ ਹੁਣ ਸਾਰੀ ਐਂ ਕਹੀ ਜਾਂਦੇ ਨੇ ਕਹਿੰਦੇ ਆਪਾਂ ਕੰਪਨੀ 'ਤੇ ਕੇਸ ਕਰਾਂਗੇ ਵੀ ਸਾਰੀ ਉਮਰ ਕੰਮ ਕਰਾ ਕੇ ਹੁਣ ਆਪਾਂ ਨੂੰ ਕੱਢਤਾ ਪਰ ਕੰਪਨੀ ਵੀ ਕੀ ਕਰੇ ਜਦੋਂ ਕੰਪਨੀ ਉਹ ਘਾਟੇ 'ਚ ਵੱਗ ਗਈ ਉਹ ਵੀ ਕੀ ਕਰਨ ਫਿਰ ਮੈਂ ਕਿਹਾ ਯਾਰ ਆਪਾਂ ਤੋਂ ਨਹੀਂ ਕੇਸ ਕੂਸ ਹੁੰਦਾ ਜਿੰਨਾ ਅੰਨ ਪਾਣੀ ਲਿਖਿਆ ਸੀ ਦਿੱਲੀ ਦਾ ਖਾ ਲਿਆ ਮੈਂ ਕਿਹਾ ਯਾਰ ਤਾਂ ਪੰਜਾਬ 'ਚ ਚੱਲੇ ਨੇਗੇ ਠੀਕ ਹੈ ਫਿਰ ਵਧੀਆ ਸਮਾਂ ਯਾਰ ਕੇਸਾਂ ਦੇ ਚੱਕਰਾਂ 'ਚ ਕੀ ਹੈ ਪੈ ਕੇ ਮੌਜ ਨਾਲ ਇੱਥੇ ਬਾਹੀ ਕਰਾਂਗੇ ਹਾਂ ਲੋੜ ਹੀ ਨਹੀਂ ਹੋਰ ਮੈਂ ਤਾਂ ਆਪ ਇਹਨਾਂ ਨੂੰ ਪਹਿਲੀ ਕਹਿੰਦੀ ਹੁੰਦੀ ਸੀ ਵੀ ਆਪਾਂ ਤਾਂ ਪੰਜਾਬ ਚੱਲੀਏ ਉੱਥੇ ਵਧੀਆ ਆਪਣਾ ਪਰਿਵਾਰ ਹੈ ਆਪਣੀ ਜ਼ਮੀਨ ਹੈ ਆਪਣਾ ਘਰਬਾਰ ਹੈ ਸਾਰੇ ਇਕੱਠੇ ਰਿਹਾ ਕਰਾਂਗੇ ਉਦੋਂ ਤਾਂ ਇਹਨਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਚਲੋ ਆ ਕੁਦਰਤੀ ਹੁਣ ਆਪ ਹੀ ਹੋ ਗਿਆ ਚੱਲ ਕੋਈ ਗੱਲ ਨਹੀਂ ਸਹੀ ਹੈ ਸੀਟਾਂ ਫਿਰ ਕੱਲ੍ਹ ਬੁੱਕ ਕਰਾਤੀਆਂ ਹਾਂ ਕੱਲ੍ਹ ਹੀ ਕਰਾਤੀ ਹੁੰਦੀ ਬਾਈ ਅੱਛਾ ਹਾਂ ਚੱਲ ਵਧੀਆ ਹੋਰ ਫਿਰ ਮੈਂ ਖਬਰੇ ਰਹਿ ਕੀ ਕਰਾਂਗੇ ਹੁਣ ਉਰੇ ਨਾ ਨਾ ਰਹਿ ਕੇ ਬਿਨਾਂ ਕੰਮ ਤੋਂ ਉੱਥੇ ਕਿੱਥੇ ਖਰਚਾ ਥੋੜਾ ਐਡੇ ਸ਼ਹਿਰ ਹੋਰ ਹੁਣ ਮੇਰੇ ਨਾਲ ਤੀ ਮੁੰਡੇ ਬਹੁਤ ਗਰੀਬ ਘਰ ਦੇ ਵਿਚਾਰੇ ਲੈ ਉਹਨਾਂ ਦਾ ਕੀ ਬਣੂਗਾ ਇਹ ਤਾਂ ਮਨ ਸਮਝਾਉਣਾ ਪੈਂਦਾ ਵੀ ਚਲੋ ਭਾਈ ਜਿਵੇਂ ਹੋ ਗਿਆ ਹਵਾ ਗਿਆ ਹੁਣ ਨਹੀਂ ਮੈਨੂੰ ਦੇਖ ਕੇ ਟਾਈਮ ਕੱਢਣਾ ਪੈਂਦਾ ਜੀ ਨਾਲ ਜਿਹੜੇ ਨੂੰ 15-20 ਸਾਲ ਹੋ ਗਏ ਤੇ ਕੰਮ ਕਰਦੇ ਨੂੰ ਹਾਂ ਹਾਂ ਚਾਰੇ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਹੋਰ ਦੋਨੇ ਪਾਸੇ ਡੁੱਬ ਗਏ ਵਿਚਾਰੇ ਜ਼ਿੰਦਗੀ ਖਰਾਬ ਹੋ ਜਾਂਦੀ ਅਗਲੇ ਚਲ ਆ ਵੀ ਵਧੀਆ ਘਰ ਰੱਖਿਆ ਬਾਈ ਤਾਂ ਸਬਜ਼ੀ ਭਾਜੀ ਦਾ ਹਨਾ ਹੋਰ ਪੂਰਾ ਵਧੀਆ ਚਲੋ ਸਬਜ਼ੀ ਬਈ ਫਿਰ ਮੁੱਲ ਦੀ ਲੈਣੀ ਬਹੁਤ ਔਖੀ ਹੈ ਬਾਈ ਬਹੁਤ ਔਖੀ ਸਾਨੂੰ ਪਤਾ ਸੀ ਉੱਥੇ ਲੈਂਦੇ ਤੀਗੇ ਹੋਰ ਉੱਥੇ ਸੁਣੋ ਹੋਰ ਬਹੁਤ ਮਹਿੰਗੀ ਪੈਂਦੀ ਹੋ ਹੋਰ ਇੱਕ ਸਬਜ਼ੀ ਨੂੰ 4-4 ਦਿਨ ਕਰਦੇ ਤੀਗੇ ਵੱਡੇ ਸ਼ਹਿਰ 'ਚ ਤਾਂ ਹੋਰ ਉਹ ਲਾ ਤਾਜ਼ੀ ਪੱਛਾ ਮੇਰੀ ਗੱਲ ਸੁਣ ਮੇਜਰ ਹਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਤੈਨੂੰ ਤਾਂ ਹੁਣ ਪਤਾ ਹੀ ਆਪਣੇ ਘਰ ਦੇ ਮਾਹੌਲ ਦਾ ਹਾਂ ਤੈਨੂੰ ਤਾਂ ਸਾਰਾ ਪਤਾ ਹੀ ਹੈ ਵੀ ਇਸ ਘਰ 'ਚ ਸੁਪਾਲ ਦੀ ਚੱਲਦੀ ਹੈ ਹਾਂ ਉਹ ਤਾਂ ਪਤਾ ਹੀ ਹੈ ਬਾਈ ਮੈਨੂੰ ਤਾਂ ਹੈ ਹਾਂ ਮੈਂ ਐਂ ਕਹਿੰਦੀ ਵੀ ਤੂੰ ਰਾਜਵਿੰਦਰ ਨੂੰ ਵੀ ਮਾੜਾ ਜਿਹਾ ਸਮਝਾ ਦੀ ਕਿ ਨਹੀਂ ਨਾ ਕੋਈ ਨਾ ਸਮਝਾ ਦੂੰਗਾ ਹਾਂ ਖਿਆਲ ਰੱਖ ਲੂਗੀ ਵੀ ਉਹ ਹਾਂ ਹਾਂ ਹੋਰ ਸਾਨੂੰ ਮੈਨੂੰ ਤਾਂ ਬੇਬੇ ਨੂੰ ਤਾਂ ਇਹੀ ਫਿਕਰ ਤੀ ਮੈਂ ਕਿਹਾ ਮੈਂ ਚੱਲ ਕੋਈ ਨਾ ਕਹਿ ਦੂੰਗਾ ਮੈਂ ਨਾ ਨਾ ਕੋਈ ਨਾ ਸਮਝਾ ਦੂੰਗਾ ਉਹਨੂੰ ਮੈਂ ਉੱਥੇ ਵੀ ਸਮਝਾਇਆ ਤੀ ਆ ਵੀ ਐਂ ਕਰਕੇ ਭਾਬੀ ਦਾ ਸੁਭਾਅ ਥੋੜ੍ਹਾ ਜਿਹਾ ਆਏ ਉਰੇ ਵੀ ਕਹਿ ਦੂੰਗਾ ਮੈਂ ਕੋਈ ਗੱਲ ਨਹੀਂ ਹੁਣ ਦੁਬਾਰੇ ਸਮਝਾ ਦੂੰ ਉਹਨੂੰ ਮੈਂ ਹੋਰ ਯਾਰ ਸਮਝਾਈ ਚੰਗਾ ਨਾ ਨਾ ਕੋਈ ਨਾ ਪਤਾ ਹੀ ਹੈ ਸੁਪਾਲ ਦਾ ਸੁਭਾਅ ਹੈਗਾ ਥੋੜ੍ਹਾ ਜਿਹਾ ਗਰਮ ਨਾ ਕੋਈ ਮੈਂ ਨਹੀਂ ਚਾਹੁੰਦਾ ਯਾਰ ਵੀ ਘਰ 'ਚ ਕੋਈ ਕਲੇਸ਼ ਹੋਵੇ ਸਮਝਾ ਦੀ ਚੰਗਾ ਨਾ ਠੀਕ ਹੈ ਸਿਆਣੀ ਗੱਲ ਮੈਂ ਪਹਿਲੀ ਸਮਝਾ ਦੂੰਗਾ ਹੋਰ ਨਾ ਨਾ ਕੋਈ ਨਾ ਵਧੀਆ ਗੱਲ ਹੈ ਤੇਰੀ ਦੱਸੇ ਤੋਂ ਪਤਾ ਫਿਰ ਹੋ ਜਾਂਦਾ ਨਾ ਕਹਿ ਦੂੰਗਾ ਕੋਈ ਨਾ
ਵੀ ਉਹਦੇ ਕਹਿਣੇ 'ਚ ਰਹੀ ਨਾ ਨਾ ਕੋਈ ਨਾ ਬਾਈ ਕਰੂੰਗਾ ਉਹਦੇ ਨਾਲ ਗੱਲ ਦੁਬਾਰੇ ਤੂੰ ਫਿਰ ਕਰਨਾ ਕਰ ਕੋਈ ਨਾ ਮੈਂ ਕਹਿ ਦੂੰਗਾ ਹੋਰ ਮੈਨੂੰ ਤਾਂ ਆਹੀ ਫਿਕਰ ਸੀ ਅੱਛਾ ਨਾ ਕੋਈ ਨਾ ਕਹਿ ਦੂੰਗਾ ਮੈਂ ਤਾਂ ਹੋਰ ਫਿਰ ਹਰਾ ਚਾਰੇ ਦਾ ਕਿਵੇਂ ਕਰਿਆ ਅੱਜ ਹਰਾ ਚਾਰਾ ਤਾਂ ਪੰਡ ਕ ਵੱਢ ਲਈ ਮੈਂ ਅੱਛਾ ਕੱਲ੍ਹ ਦੋ ਪੰਡਾਂ ਵੱਢ ਲਈਆਂ ਸੀਗੀਆਂ ਅੱਛਾ ਜਦੋਂ ਧੁੰਦ ਜੀ ਘੱਟ ਹੁੰਦੀ ਉਦੋਂ ਦੋ ਵੱਢ ਲੈਂਦੇ ਹਾਂ ਨਹੀਂ ਹਾਂ ਐਂ ਕਰ ਲਿਆ ਕਰ ਹੋਰ ਖਰਾਬ ਹੋ ਜਾਂਦਾ ਫਿਰ ਨਹੀਂ ਬਾਕੀ ਚਾਰ ਸਿੱਟ ਦਿੰਦੇ ਹਾਂ ਹਾਂ ਚਲੋ ਨਾ ਠੀਕ ਹੈ ਕਰ ਥੋੜਾ ਰਹਿ ਗਿਆ ਹਾਂ ਚਾਰ ਲਾ ਕੇ ਜੇ ਖਾ ਲੈਂਦੀਆਂ ਨੇ ਹੋਰ ਕਿਆ ਪਸ਼ੂਆਂ ਨਾਲ ਆਏ ਆ ਗੋਬਰ ਕਹਿ ਜਾ ਚੱਲੀ ਜਾਂਦਾ ਨਾ ਸਾਰੀ ਹੈ ਵਧੀਆ ਬਈ ਬਾਲਣ ਹੋ ਜਾਂਦਾ ਹੈਗਾ ਹੋਰ ਸੈਲ ਚ ਪਾਥੀ ਗੋਹਾ ਹੋ ਜਾਂਦਾ ਮੇਰੀ ਗੱਲ ਸੁਣ ਯਾਰ ਰਾਜਵਿੰਦਰ ਮੈਂ ਤੈਨੂੰ ਉੱਥੇ ਵੀ ਸਮਝਾਇਆ ਤੀ ਦਿੱਲੀ ਇੱਥੇ ਆਉਣ ਤੋਂ ਪਹਿਲਾਂ ਭਾਬੀ ਦਾ ਹਿਸਾਬ ਕਿਤਾਬ ਥੋੜ੍ਹਾ ਜਿਹਾ ਹੋਰ ਹੈ ਤੈਨੂੰ ਪਤਾ ਨਾ ਸਾਰੇ ਘਰ 'ਚ ਪਹਿਲਾਂ ਤਾਂ ਉਸੇ ਦੀ ਚੱਲਦੀ ਹੈ ਉਹੀ ਘਰ ਦੀ ਮੁਖੀ ਹੈ ਜੱਸਾ ਹੋਇਆ ਬੇਬੇ ਹੋਈ ਮੈਂ ਹੋਇਆ ਜਦੋਂ ਮੂਹਰੇ ਪਹਿਲਾਂ ਹੁੰਦਾ ਤੀ ਅਸੀਂ ਕੁਸਕਦੇ ਨਹੀਂ ਤੀ ਉਹਦੇ ਮੂਹਰੇ ਮੈਂ ਤਾਂ ਤੈਨੂੰ ਵੀ ਐਂ ਕਹਿੰਦਾ ਤੀ ਰਾਜਵਿੰਦਰ ਤੈਨੂੰ ਉਹਦੇ ਹਿਸਾਬ ਕਿਤਾਬ ਨਾਲ ਚੱਲਣਾ ਪਊਗਾ ਲੈ ਮੈਨੂੰ ਤਾਂ ਸੋਡੀ ਸਮਝ ਨਹੀਂ ਆਉਂਦੀ ਤੁਸੀਂ ਇਸੇ ਗੱਲ ਦੀ ਰੱਟ ਲਾਈ ਬੈਠੋ ਮੇਰੇ ਨਾਲ ਵੀ ਤੈਨੂੰ ਉਸੇ ਦੇ ਹਿਸਾਬ ਕਿਤਾਬ ਨਾਲ ਚੱਲਣਾ ਪਊਗਾ ਤੁਸੀਂ ਮੈਨੂੰ ਐਂ ਦੱਸੋ ਮੈਂ ਦੇਣਾ ਉਹਦਾ ਕੁਛ ਪਹਿਲੀ ਗੱਲ ਤਾਂ ਜਦੋਂ ਬੇਬੇ ਵੱਡੀ ਬੈਠੀ ਹੈ ਫਿਰ ਉਹਦੀ ਕਿਵੇਂ ਚੱਲਦੀ ਇਸ ਘਰ 'ਚ ਬੇਬੇ ਦਾ ਕੰਟਰੋਲ ਚਾਹੀਦਾ ਸਾਰੇ ਘਰ 'ਚ ਹੁਣ ਮੈਨੂੰ ਉਹਦੇ ਹਿਸਾਬ ਨਾਲ ਚੱਲਣਾ ਪਊਗਾ ਇਹ ਕੀ ਗੱਲ ਹੋਈ ਹਾਂ ਤੈਨੂੰ ਉਹਦੇ ਹਿਸਾਬ ਕਿਤਾਬ ਨਾਲ ਚੱਲਣਾ ਪਊਗਾ ਜਦੋਂ ਮੈਂ ਤੈਨੂੰ ਕਹੀ ਆ ਨਾ ਤੂੰ ਮੰਨ ਵੀ ਲੈ ਤੂੰ ਇਹ ਘਰ 'ਚ ਕਲੇਸ਼ ਚਾਹੁੰਦੀ ਹੈ ਉਹਦਾ ਸੁਭਾਅ ਬਹੁਤ ਤੱਤ ਹੈ ਫਿਰ ਉਹ ਲੜਾਈ ਕਰੂਗੀ ਤੇਰੇ ਨਾਲ ਨਾ ਆਪਾਂ ਇਸ ਕੰਮ ਵਾਸਤੇ ਉਰੇ ਆਏ ਹਾਂ ਪਹਿਲਾਂ ਤੂੰ ਮੈਨੂੰ ਆਏ ਦੱਸ ਫਿਰ ਆਪਾਂ ਉੱਥੇ ਨਾ ਰਹਿ ਪੈਂਦੇ ਕਿਤੇ ਲੈ ਉੱਥੇ ਆਪਾਂ ਕਿਉਂ ਰਹਿੰਦੇ ਉਰੇ ਆਪਣੀ ਜ਼ਮੀਨ ਹੈ ਉਰੇ ਆਪਣਾ ਘਰ ਹੈ ਆਪਾਂ ਕਿਉਂ ਰਹੀਏ ਉੱਥੇ ਉਹ ਤਾਂ ਉਦੋਂ ਤੁਸੀਂ ਉੱਥੇ ਨੌਕਰੀ ਕਰਦੇ ਸੀ ਤਾਂ ਆਪਾਂ ਉੱਥੇ ਰਹੀ ਜਾਂਦੇ ਸੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਹਿੰਦੀ ਸੀ ਵੀ ਚੱਲ ਆਪਾਂ ਤਾਂ ਪੰਜਾਬ ਚੱਲੀਏ ਵਾਪਸ ਰਹੀਏ ਆਪਣੇ ਘਰੇ ਜਾ ਕੇ ਉੱਥੇ ਮੈਂ ਤਾਂ ਤੁਹਾਨੂੰ ਕਹਿੰਦੀ ਹੋ ਰਹਿੰਦੀ ਸੀ ਵੀ ਉਰੇ ਕਿਰਾਇਆ ਤੇ ਤੁਰੇ ਫਿਰਦੇ ਆ ਚੱਲੀਏ ਆਪਾਂ ਉੱਥੇ ਆਪਦੇ ਘਰੇ ਚੱਲ ਜਿਵੇਂ ਤੂੰ ਚਾਹੁੰਦੀ ਸੀ ਉਵੇਂ ਹੀ ਹੋ ਗਿਆ ਇਹ ਤਾਂ ਕੁਦਰਤੀ ਕੰਪਨੀ ਘੱਟ 'ਚ ਵੱਗ ਗਈ ਤਾਂ ਆਪਾਂ ਉਰੇ ਆ ਗਏ ਹੁਣ ਮੈਂ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਉਹ ਧਿਆਨ ਨਾਲ ਸਮਝ ਲੈ ਗੱਲ ਨੂੰ ਤੈਨੂੰ ਭਾਬੀ ਦੇ ਕੰਟਰੋਲ 'ਚ ਚੱਲਣਾ ਪਊਗਾ ਨਹੀਂ ਇਹ ਘਰ 'ਚ ਕਲੇਸ਼ ਹੋਊਗਾ ਇਹ ਤੈਨੂੰ ਮੈਂ ਦੱਸਤਾ ਜੱਸਾ ਤੇ ਬੇਬੇ ਵੀ ਆਖਣਗੇ ਵੀ ਸਾਡੇ ਘਰ ਦਾ ਮਾਹੌਲ ਵਧੀਆ ਚੱਲੀ ਜਾਂਦਾ ਤੇ ਇਹਨਾਂ ਨੇ ਆ ਕੇ ਖਰਾਬ ਕਰਤਾ ਚੱਲ ਕੋਈ ਨਾ ਮੈਂ ਦੇਖਦੀ ਹਾਂ ਬਸ ਮੈਂ ਤਾਂ ਤੈਨੂੰ ਆਹੀ ਗੱਲ ਸਮਝਾਉਂਦੀ ਹਾਂ ਪੁੱਤ ਵੀ ਆਪਾਂ ਘਰੇ ਕਲੇਸ਼ ਨਹੀਂ ਕਰਨਾ ਤੂੰ ਸੁਖਪਾਲ ਦੇ ਆਖੇ ਲੱਗ ਜਾ ਕਰੀ ਚੰਗਾ ਮੈਨੂੰ ਤਾਂ ਸਾਡੀ ਸਮਝ ਨਹੀਂ ਆਉਂਦੀ ਬੇਬੇ ਤੁਸੀਂ ਸਾਰਿਆਂ ਤੋਂ ਡਰਦੇ ਕਿਉਂ ਹੋ ਇੰਨਾ ਅਕਸਰ ਇਹ ਘਰ 'ਚ ਵੱਡੀ ਤੂੰ ਹੈ ਬੇਬੇ ਸਾਰਾ ਤੇਰਾ ਹੱਕ ਬਣਦਾ ਸਾਰੇ ਕਾਸੇ ਤੇ ਮੋਹਰੀ ਉਹ ਬਣੀ ਫਿਰਦੀ ਹੈ ਮੋਜ ਨਾਲ ਇਹ ਘਰ 'ਚ ਹੈ ਚੱਲ ਕੋਈ ਗੱਲ ਨਹੀਂ ਪੁੱਤ ਮੋਹਰੀ ਹੋਣ ਨੂੰ ਕੀ ਹੈ ਮੈਂ ਤੇ ਜੱਸਾ ਤਾਂ ਗਿੱਜੇ ਹੋਏ ਆ ਚੱਲ ਕੁਛ ਨਹੀਂ ਹੁੰਦਾ ਮੈਂ ਤਾਂ ਤੈਨੂੰ ਵੀ ਇਹੀ ਸਮਝਾਉਂਦੀ ਹਾਂ ਪੁੱਤ ਵੀ ਜਿਹਾ ਜਿਹਾ ਮਾਹੌਲ ਹੈ ਆਪਣੇ ਘਰ ਦਾ ਵੀ ਤੂੰ ਉਹਾ ਜਿਹੇ ਮਾਹੌਲ 'ਚ ਆਪਦੇ ਆਪ ਨੂੰ ਵੀ ਢਾਲ ਲੈ ਚੱਲ ਕੋਈ ਨਾ ਬੇਬੇ ਫਿਰ ਬਾਈ ਕੰਮ ਹੀ ਖਰਾਬ ਹੋ ਗਿਆ ਕੰਪਨੀ ਵਾਲਾ ਤਾਂ ਹੈ ਹੋਰ ਭੈਣੇ ਕੰਮ ਤਾਂ ਖਰਾਬ ਹੋ ਹੀ ਗਿਆ ਹੁਣ ਫਿਰ ਆਪਾਂ ਕੀ ਕਰੀਏ ਜਦੋਂ ਉਹ ਕਹਿੰਦੇ ਕੰਪਨੀ ਉਹ ਘੱਟ 'ਚ ਵੱਗ ਗਈ ਮੇਰੇ ਨਾਲ ਇਹ ਤਾਂ ਸਾਰੇ ਕੱਢਤੇ ਵੱਡੇ ਅਫਸਰ ਰਹਿ ਗਏ ਮਾੜੇ ਮੋਟੇ ਹੌਲੀ ਹੌਲੀ ਉਹਨਾਂ ਨੂੰ ਵੀ ਕੱਢ ਦੇਣਗੇ ਜਦੋਂ ਕੰਪਨੀ ਉਹ ਘੱਟ 'ਚ ਜਾਏਗੀ ਹਾਂ ਸਹੀ ਗੱਲ ਹੈ ਜੇ ਤਾਂ ਕੰਪਨੀ ਦੁਬਾਰੇ ਸਟੈਂਡ ਹੋ ਗਈ ਫਿਰ ਤਾਂ ਕੀ ਕਹਿਣਾ ਉਹ ਟਿਕੇ ਰਹਿਣ ਨਹੀਂ ਤਾਂ ਫਿਰ ਉਹਨਾਂ ਨੂੰ ਵੀ ਕੱਢਣਗੀ ਜਦੋਂ ਤਨਖਾਹ ਜੋਗੇ ਪੈਸੇ ਨਾ ਪੂਰੇ ਹੋਏ ਉਹਨਾਂ ਦੇ ਮੇਰੇ ਹਿਸਾਬ ਨਾਲ ਤਾਂ ਹੁਣ ਕੰਪਨੀ ਖਤਮ ਹੋ ਗਈ ਹੁਣ ਤਾਂ ਸਟੈਂਡ ਹੋਣਾ ਮੁਸ਼ਕਲ ਹੈ ਹੋਰ ਕੰਪਨੀਆਂ ਪੈਰ ਹੀ ਲੱਗਣ ਦਿੰਦੀਆਂ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਜਿਹੜੀਆਂ ਹੋਰ ਕੰਪਨੀਆਂ ਹਨ ਦੂਜੀਆਂ ਬਰਾਬਰ ਦੀਆਂ ਉਹ ਕਿੱਥੇ ਪੈਰ ਲੱਗਣ ਦੇ ਦੇਣਗੀਆਂ ਹੋਰ ਬਾਈ ਵੱਡੇ ਵੱਡੇ ਸੱਪ ਬੈਠੇ ਆ ਵਾਨੀ ਡਾਨੀ ਵਰਗੇ ਹਾਂ ਸਹੀ ਗੱਲ ਹੈ ਚੱਲ ਕੋਈ ਗੱਲ ਨਹੀਂ ਬਾਈ ਆਪਣੇ ਕੋਲ ਜ਼ਮੀਨ ਹੈਗੀ ਹੈ ਰਲ ਮਿਲ ਕੇ ਦੋਨੇ ਭਾਈ ਖੇਤੀ ਕਰੋ ਬਰਕਤ ਰਹੂਗੀ ਨਾਲੇ ਘਰ 'ਚ ਬਰਕਤ ਤਾਂ ਹੋਊਗੀ ਇਹਨੂੰ ਮੈਂ ਪਹਿਲਾਂ ਥੋੜ੍ਹਾ ਸਮਝਾਇਆ ਤੀ ਜਾਣ ਤੋਂ ਪਹਿਲਾਂ ਵੀ ਨਾ ਜਾ ਤੂੰ ਮੇਰੇ ਤਾਂ ਇਹੋ ਜਿਹੀ ਕਰਦਾ ਹੈਗਾ ਉਹਦਾ ਕਹਿੰਦਾ ਛੇਤੀ ਦਿੱਲੀ ਜਾਣਾ ਹੈਗਾ ਵੀ ਮੂੰਹ ਸੇਕਦਾ ਇਹਦਾ ਆਖੀ ਨਹੀਂ ਲੱਗਿਆ ਕਿਸੇ ਦੇ ਕਿਹਾ ਤੀ ਭਾਈ ਰਲ ਮਿਲ ਕੇ ਦੋਨੇ ਭਾਈ ਵਾਹੀ ਕਰੇ ਬਰਕਤ ਹੋਊਗੀ ਉਹ ਤਾਂ ਕੁੱਤੇ ਨੇ ਇੱਕ ਨਹੀਂ ਸੁਣੀ ਹੈਗੀ ਆਖੇ ਮੈਂ ਜਾਣੀ ਜਾਣਾ ਛੇਤੀ ਦਿੱਲੀ ਜਾਣਾ ਕੰਪਨੀ 'ਚ ਲੱਗਣਾ ਬਸ ਭਾਬੀ ਗਲਤੀ ਹੋ ਗਈ ਉਦੋਂ ਨੌਕਰੀ ਦੇ ਸਿਰ ਤੇ ਭੂਤ ਸਵਾਰਤੀ ਮੈਨੂੰ ਕਿਹੜਾ ਪਤਾ ਸੀ ਵੀ ਆਹ ਦਿਨ ਦੇਖਣੇ ਪੈਣਗੇ ਐਪ ਤਾਂ ਮੈਂ ਨਾ ਹੀ ਜਾਂਦਾ ਆਹੋ ਨਾ ਜਾਂਦਾ ਹੋਇਆ ਤੀ ਤੈਨੂੰ ਭੂਤ ਸਵਾਰ ਉਹ ਤਾਂ ਮੂੰਹ ਚੱਕ ਕੇ ਵਾ ਗਿਆ ਹੁਣ ਕੰਨ ਜਿਲ ਵੇਟਦੇ ਚੱਲ ਕੋਈ ਨਾ ਭਾਬੀ ਉੱਥੋਂ ਦਾ ਦਾਣਾ ਪਾਣੀ ਵੀ ਲਿਖਿਆ ਸੀ ਫਿਰ ਦਾਣਾ ਪਾਣੀ ਕਾਹਦਾ ਲਿਖਿਆ ਤੀ ਇਹਨੇ ਆਪ ਲਿਖਿਆ ਤੀ ਦਾਣਾ ਪਾਣੀ ਉਹ ਤਾਂ ਕਹਿਣ ਤੀ ਵਾਹੀ ਨਹੀਂ ਕਰਨੀ ਮੈਂ ਵਾਹੀ ਨਹੀਂ ਕਰਨੀ ਦਿੱਲੀ ਜਾਣਾ ਚੇਤੀ ਆ ਗਿਆ ਨਾ ਪੁੱਤ ਉਸ ਥਾਂ ਤੇ ਹੁਣ ਕਿਵੇਂ ਕਰੇਗਾ ਵਾਹੀ ਨਾ ਹੁਣ ਤਾਂ ਕਰਾਂਗੀ ਭਾਬੀ ਵਾਹੀ ਤਾਂ ਸਹੀ ਗੱਲ ਹੈ ਹੁਣ ਤਾਂ ਕਰਨੀ ਪਊਗੀ ਹੋਰ ਮੈਂ ਇਹਨਾਂ ਨੂੰ ਕਿਹਾ ਵੀ ਬਾਈ ਤੇ ਰਾਜਵਿੰਦਰ ਦਿੱਲੀ ਤੋਂ ਆ ਗਏ ਵੀ ਆਪਾਂ ਜਾ ਕੇ ਉਹਨਾਂ ਨੂੰ ਮਿਲ ਕੇ ਆਈਏ ਚਲ ਵਧੀਆ ਕਰਿਆ ਭੈਣੇ ਹੁਣ ਬੈਠੀ ਰਹਾਂਗੀ ਇਹਨਾਂ ਦੇ ਮੂੰਹਾਂ ਨੂੰ ਕੀ ਦੇਖਦੀਆਂ ਚਾਹ ਕਾਹਦੀ ਗੁੱਟ ਬਣਾ ਲੈ ਬਣਾ ਲਿਆਉਣੀ ਭੈਣੇ ਚੱਲ ਛੇਤੀ ਬਣਾ ਕੇ ਲਿਆ ਵਧੀਆ ਜਿਹੀ ਬਣਾ ਲਈ ਲਿਆਉਣੇ ਇੱਥੇ ਫਲ ਨਾਲੇ ਠੰਡ ਹੋ ਰਹੀ ਬਥੇਰੀ
ਕਿਆ ਹੈ ਮਸਾਲਾ ਜਿਹਾ ਪਿਆ ਉਹ ਭਾਜੀ ਦੇਖ ਭੈਣੇ ਮੈਨੂੰ ਪਤਾ ਹੀ ਹੈ ਵੀ ਤੁਸੀਂ ਆਏ ਹੋਏ ਹੋ ਤੁਹਾਨੂੰ ਚਾਹ ਬਣਾਉਣੀ ਹੈ ਦੇਖ ਕੇ ਮੈਂ ਕਹਿੰਦੀ ਚਾਹ ਬਣਾ ਲੈ ਨੰਬਰ ਬਣਾਉਂਦੀ ਤੀ ਆਪਦੇ ਰੋਹ ਮਾਰਦੀ ਸੀ ਮੇਰੇ ਤੇ ਇਹਨਾਂ ਨੂੰ ਕਹਿੰਦੀ ਸੀ ਦੇਖ ਲੈ ਕਿਵੇਂ ਬੇਇੱਜ਼ਤੀ ਕਰਦੀ ਸੀ ਕਿ ਤੇਰਾ ਮੈਂ ਮੂੰਹ ਸੇਕ ਦੂੰ ਇਹਨਾਂ ਨੂੰ ਭੈਣੇ ਇਹ ਕੰਮ ਚੰਗਾ ਲੱਗਦਾ ਹੋਊਗਾ ਆਪਾਂ ਨੂੰ ਨਹੀਂ ਇਹ ਕੰਮ ਚੰਗਾ ਲੱਗਦਾ ਚੱਲ ਕੋਈ ਨਾ ਭਾਬੀ ਸ਼ੁਰੂ ਤੋਂ ਹੀ ਨਾ ਇਹਦੀ ਭਾਬੀ ਦੀ ਘਰੇ ਮਖਤਿਆਰੀ ਚੱਲੀ ਹੈ ਤਾਂ ਕਰਕੇ ਸਾਡੇ ਤੇ ਤਾਂ ਰੋਬ ਰੂਬ ਮਾਰ ਦਿੰਦੇ ਅਸ ਤੱਕ ਕਦੇ ਮਹਿਸੂਸ ਜਾਂ ਨਹੀਂ ਕਰਿਆ ਤੁਸੀਂ ਤਾਂ ਨਹੀਂ ਮਹਿਸੂਸ ਕਰਿਆ ਹੋਣਾ ਮੈਨੂੰ ਤਾਂ ਹੁੰਦਾ ਮੈਂ ਕਿਉਂ ਇਹਦਾ ਰੋਬ ਚੱਲਾਂ ਮੈਂ ਕੀ ਕੁਛ ਦੇਣ ਇਹਦਾ ਇਹ ਵੀ ਇਹ ਕਰਦੀ ਨੂੰ ਹੈ ਮੈਂ ਵੀ ਇਹ ਕਰਦੀ ਨੂੰ ਹੈ ਮੈਂ ਕਿਉਂ ਇਹਦਾ ਰੋਬ ਚੱਲਾਂ ਚੱਲ ਕਾਹਨੂੰ ਭਾਬੀ ਘਰੇ ਕਲੇਸ਼ ਪਊਗਾ ਬਸ ਤੂੰ ਆਈ ਸਮਝ ਲਿਆ ਕਰ ਵੀ ਤੇਤੋਂ ਵੱਡੀ ਹੈ ਵੱਡੀ ਹੈ ਫਿਰ ਮੈਂ ਇਹਦੀ ਗੁਲਾਮ ਬਣ ਕੇ ਰਹਾਂ ਨਾ ਭੈਣੇ ਮੈਥੋਂ ਤਾਂ ਨਹੀਂ ਇਹ ਹੋਣਾ ਨਹੀਂ ਕਾਹਨੂੰ ਰਾਜਵਿੰਦਰ ਲੈ ਕਾਹਨੂੰ ਨੂੰ ਕੀ ਹੈ ਬੇਬੇ ਮੈਂ ਤਾਂ ਤੁਹਾਡੇ ਤੇ ਹੈਰਾਨਾ ਤੁਸੀਂ ਤਾਂ ਡਰਦੇ ਕਿਉਂ ਇੰਨਾ ਦੱਸੋ ਤੁਹਾਨੂੰ ਖਾਣ ਲੱਗੀ ਹੈ ਮੈਂ ਤਾਂ ਤੁਹਾਡੇ ਕਰਕੇ ਚੁੱਪ ਹੋ ਗਈ ਵੀ ਤੁਸੀਂ ਕਹੋਗੇ ਨਹੀਂ ਮੈਂ ਮੂੰਹ ਨਹੀਂ ਰੋਹ ਚਾਲਦੀ ਕਿਸੇ ਦਾ ਲੈ ਦੱਸ ਕਮਾਲ ਹੋ ਗਈ ਭਾਬੀ ਫਿਰ ਇਸ ਹਿਸਾਬ ਨਾਲ ਤਾਂ ਤੁਹਾਡੀ ਲੜਾਈ ਹੋਊਗੀ ਇਹ ਘਰ 'ਚ ਹੋ ਜੇ ਫਿਰ ਲੜਾਈ ਪੰਮੀ ਮੈਂ ਕਿਸੇ ਦਾ ਰੋਹ ਨਹੀਂ ਚੱਲਦੀ ਮੈਂ ਨਹੀਂ ਇਹਦਾ ਰੋਹ ਚੱਲਦੀ ਮੈਨੂੰ ਤਾਂ ਐਂ ਸਮਝ ਨਹੀਂ ਆਉਂਦੀ ਇਹ ਕੱਲ ਆ ਕੇ ਅੰਗਰੇਜ਼ਾਂ ਵਾਂਗੂ ਰਾਜ ਕਰੀ ਜਾਂਦੇ ਤੁਹਾਡੇ ਘਰੇ ਚੱਲ ਕੋਈ ਗੱਲ ਨਹੀਂ ਪੁੱਤ ਆਪਾਂ ਘਰੇ ਕਲੇਸ਼ ਨਹੀਂ ਪਾਉਣਾ ਕਲੇਸ਼ ਨਹੀਂ ਹੁੰਦਾ ਬੇਬੇ ਪਰ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਦੇ ਮੇਰੇ ਤੇ ਰੋਹ ਮਾਰਨ ਦੀ ਲੋੜ ਨਹੀਂ ਮੈਂ ਕਿਸੇ ਦਾ ਰੋਹ ਨਹੀਂ ਸਹਿੰਦੀ ਹੁੰਦੀ ਹੁਣ ਕੀ ਬਣੂਗਾ ਪੰਮੀ ਬਣਨਾ ਕੀ ਸੀ ਬੇਬੇ ਹੁਣ ਮੈਨੂੰ ਕੀ ਪਤਾ ਕੀ ਬਣੂਗਾ ਆਪਾਂ ਕੀ ਕਰ ਸਕਦੇ ਹਾਂ ਹੁਣ ਅਗਲੀ ਕਹਿੰਦੀ ਮੇਰੇ ਹੁਕਮ ਅਨੁਸਾਰ ਸਾਰਾ ਕੁਛ ਹੋਵੇ ਇਹ ਕਹਿੰਦੀ ਮੈਂ ਕਿਸੇ ਦਾ ਹੁਕਮ ਨਹੀਂ ਚੱਲਦੀ ਹੁਣ ਰੱਬ ਹੀ ਜਾਣਦਾ ਕੀ ਬਣੂਗਾ ਬੇਬੇ ਹੋਰ ਮੈਨੂੰ ਤਾਂ ਐਂ ਫਿਕਰ ਲੱਗ ਰਿਹਾ ਹੈ ਫਿਰ ਦੇਖੀ ਜਾਊ ਬੇਬੇ ਫਿਕਰ ਕਰੇ ਤੋਂ ਕੀ ਬਣਦਾ ਐਂ ਕਰ ਰਾਜਵਿੰਦਰ ਤੂੰ ਭਾਂਡੇ ਦਾ ਢੇਰ ਲੱਗਿਆ ਪੈ ਰਸੋਈ 'ਚ ਉਹ ਮਾਂਜ ਲੈ ਤੂੰ ਭਾਂਡੇ ਮੈਂ ਕੱਪੜੇ ਪਾਉਣੀ ਹਾਂ ਮਸ਼ੀਨ 'ਚ ਮੈਥੋਂ ਨਹੀਂ ਮਾਂਜੇ ਜਾਂਦੇ ਭਾਂਡੇ ਤੂੰ ਭਾਂਡੇ ਮਾਂਜ ਲੈ ਮੈਂ ਕੱਪੜੇ ਡੇਗ ਦਿੰਦੀ ਹਾਂ ਮਸ਼ੀਨ 'ਚ ਨਾ ਕੀ ਪਕਾਈ ਮਾਰੀ ਜਾਂਦੀ ਤੂੰ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਜਵਾਨ ਲੜਾਉਣ ਦੀ ਹਿੰਮਤ ਵਾਲੀ ਕਿਹੜੀ ਗੱਲ ਹੈ ਮੈਂ ਨਹੀਂ ਕਿਸੇ ਦਾ ਰੋਬ ਰੂਬ ਚੱਲਦੀ ਹੁੰਦੀ ਨਾ ਤੂੰ ਮੈਨੂੰ ਐਂ ਦੱਸ ਤੇਰੀ ਕਿਵੇਂ ਹਿੰਮਤ ਹੋਈ ਮੇਰੇ ਤੇ ਰੋਬ ਮਾਰਨ ਦੀ ਤੂੰ ਤਾਂ ਅੰਗਰੇਜ਼ਾਂ ਵਾਂਗੂ ਇਹ ਘਰ ਤੇ ਰਾਜ ਕਰੀ ਬੈਠੀ ਹੈ ਮੈਂ ਨਹੀਂ ਤੇਰੀ ਗੁਲਾਮ ਬਣਦੀ ਕਿਤੇ ਭੁਲੇਖੇ 'ਚ ਫਿਰਦੀ ਹੋਵੇਂ ਫਿਰਦੀ ਹੋਵੇਂ ਭੁਲੇਖੇ 'ਚ ਮੈਂ ਤੈਨੂੰ ਦੱਸਤਾ ਪਕਾਈ ਜੀ ਨਾ ਮਾਰ ਵਾਲੀ ਜੇ ਘਰ 'ਚ ਰਹਿਣਾ ਨਾ ਮੇਰੇ ਕਹਿਣੇ 'ਚ ਚੱਲਣਾ ਪਊਗਾ ਮੈਂ ਤੇਰੇ ਕਹਿਣੇ 'ਚ ਕਿਉਂ ਚੱਲਾਂ ਮੈਂ ਨਹੀਂ ਤੇਰੇ ਕਹਿਣੇ 'ਚ ਚੱਲਦੀ ਮੈਂ ਤਾਂ ਆਪਦੀ ਮਰਜ਼ੀ ਨਾਲ ਕੰਮ ਕਰੂੰਗੀ ਤੂੰ ਕੌਣ ਹੁੰਨੀ ਹੈ ਮੇਰੇ ਤੇ ਰੋਹ ਮਾਰਨ ਵਾਲੀ ਰਾਜਵਿੰਦਰ ਆ ਕਰ ਲੈ ਬਾਹ ਕਰ ਲੈ ਆ ਕਰ ਲੈ ਮੇਰੀ ਗੱਲ ਸੁਣੋ ਰਾਜਵਿੰਦਰ ਬਹਿ ਜਾ ਤੂੰ ਨਾ ਬੋਲ ਮੈਂ ਕਿਉਂ ਚੁੱਪ ਕਰ ਜਾ ਮੈਂ ਨਹੀਂ ਇਹਦਾ ਰੋਮ ਰੂਮ ਚੱਲਣਾ ਇਹ ਮੈਂ ਤੈਨੂੰ ਦੱਸਤਾ ਇਹ ਕੌਣ ਹੁੰਦੀ ਹੈ ਮੇਰੇ ਤੇ ਆਰਡਰ ਮਾਰਨ ਵਾਲੀ ਸੋਨੂੰ ਹੋਊਗੀ ਚੇ ਫੇਦੀ ਮੈਨੂੰ ਮੁੰਨੂੰ ਨਹੀਂ ਹੈਗੀ ਇਹ ਕਿਹੜੀ ਗੱਲ ਕਰਤੀ ਤੂੰ ਵੀ ਜੇ ਤੂੰ ਇਹ ਘਰ 'ਚ ਰਹਿਣਾ ਤੇਰੇ ਕੰਟਰੋਲ ਨਾਲ ਚੱਲਣਾ ਪਊਗਾ ਜਿੰਨਾ ਘਰ ਇਹ ਤੇਰਾ ਉਨਾ ਘਰ ਮੇਰਾ ਵੀ ਹੈ ਤੂੰ ਨਹੀਂ ਮੈਨੂੰ ਇਹ ਘਰ 'ਚ ਰਹਿਣ ਤੋਂ ਰੋਕ ਸਕਦੀ ਕਮਾਲ ਹੀ ਹੋਈ ਪਈ ਐ ਲੈ ਦੇਖਿਆ ਬੇਬੇ ਤੁਸੀਂ ਉਹੀ ਡਰੀ ਜਾਂਦੇ ਸੀ ਇਹਤੋਂ ਦੇਖ ਲੈ ਇੱਕ ਮਿੰਟ 'ਚ ਠਾਰਤੀ ਕੁਸਕੀ ਨਹੀਂ ਮੇਰੇ ਸਾਹਮਣੇ ਇਹ ਕੌਣ ਹੁੰਦੀ ਹੈ ਮੇਰੇ ਤੇ ਰੋਹ ਮਾਰਨ ਵਾਲੀ ਮੈਂ ਤਾਂ ਸੋਨੂੰ ਵੀ ਕਹਿਣੀ ਹੈ ਬੇਬੇ ਸੋਨੂੰ ਇਹਦਾ ਰੋਹ ਸਹਿਣ ਦੀ ਲੋੜ ਹੀ ਨਹੀਂ ਡਰਨ ਦੀ ਲੋੜ ਹੀ ਨਹੀਂ ਇਹਤੋਂ ਕੁੜੇ ਮੈਂ ਤਾਂ ਹੈਰਾਨ ਹੋ ਗਈ ਤੂੰ ਇੰਨਾ ਕੁਛ ਬੋਲ ਗਈ ਉਹਨੂੰ ਮੈਂ ਤਾਂ ਕਦੇ ਜ਼ਿੰਦਗੀ 'ਚ ਹਿੰਮਤ ਹੀ ਨਹੀਂ ਕਰੀ ਉਹਨੂੰ ਕੁਛ ਬੋਲਣ ਦੀ ਆ ਤੇਰੇ ਸਾਹਮਣੇ ਹੈ ਕੁਸਕੀ ਨਹੀਂ ਦੇਖ ਮੇਰੇ ਮੂਰੇ ਮੈਂ ਤਾਂ ਇਹਨੂੰ ਤੱਕੜੇ ਵਾਂਗੂ ਸਿੱਧੀ ਕਰ ਦੂੰ ਤੁਸੀਂ ਇਹ ਸਿਰ ਚੜਾਇਆ ਹੋਊਗਾ ਇਹਨੂੰ ਕੋਈ ਲੋੜ ਨਹੀਂ ਇਹਤੋਂ ਡਰਨ ਡੁਰਨ ਦੀ ਇਹਦੇ ਕੰਟਰੋਲ 'ਚ ਲੈਣ ਦੀ ਸਾਨੂੰ ਐਵੇਂ ਤੁਸੀਂ ਸਿਰ ਤੇ ਚੜਾ ਰੱਖਿਆ ਸੀ ਉਹਨੂੰ ਪਤਾ ਨਹੀਂ ਕਿੱਡਾ ਕਹੂਆ ਬਣਾ ਰੱਖਿਆ ਸੀ ਆ ਦੇਖ ਲਓ ਤੁਹਾਡੇ ਸਾਹਮਣੇ ਕੁਸਕਣ ਨਹੀਂ ਦਿੱਤੀ ਮੈਂ ਬਾਅਦ 'ਚ ਉਹ ਮੈਂ ਤਾਂ ਆਪ ਹੈਰਾਨ ਰਹਿ ਗਿਆ ਯਾਰ ਜੋ ਤੂੰ ਭਾਬੀ ਨੂੰ ਇੰਨਾ ਕੁਛ ਬੋਲੀ ਮੈਨੂੰ ਤਾਂ ਆਪ ਹੀ ਨਹੀਂ ਮਖਲਾ ਅੱਜ ਤਾਂ ਬੜਾ ਵੱਡਾ ਪੰਗਾ ਪਊਗਾ ਸੁਭਾ ਪੰਗਾ ਪਿਆ ਕੀ ਪੰਗਾ ਪਿਆ ਤੁਸੀਂ ਆਪ ਹੀ ਦੇਖ ਲਓ ਐਵੇਂ ਡਰਦੇ ਰਹਿੰਦੇ ਸੀ ਉਤੋਂ ਡਰਨ ਦੀ ਲੋੜ ਨਹੀਂ ਉਹਦਾ ਡਰ ਮੰਨਣ ਦੀ ਕੋਈ ਲੋੜ ਨਹੀਂ ਉਹਦਾ ਰੋਬ ਰੂਬ ਚੱਲਣ ਦੀ ਆ ਉਹਦੇ ਕੰਟਰੋਲ 'ਚ ਰਹਿਣ ਦੀ ਹੁਣ ਦੇਖਾ ਮੇਰੇ ਤੇ ਮਾਰ ਕੇ ਦੇਖਿਓ ਰੋਬ ਤੁਸੀਂ ਵੀ ਮਾੜੀ ਮੋਟੀ ਹਿੰਮਤ ਕਰੋ ਇਹਦਾ ਅੰਗਰੇਜ਼ ਰਾਜ ਖਤਮ ਕਰੋ ਆਪਣੇ ਘਰ 'ਚੋਂ ਕੋਈ ਗੱਲ ਨਹੀਂ ਹੈ ਜੱਸੇ ਜਿਵੇਂ ਰਾਜਵਿੰਦਰ ਸੁਖਪਾਲ ਨੂੰ ਇੰਨਾ ਕੁਛ ਬੋਲੀ ਸੁਖਪਾਲ ਜਮੀ ਨਹੀਂ ਬੋਲੀ ਮੈਂ ਤਾਂ ਹੈਰਾਨ ਹਾਂ ਵੀ ਜਿਵੇਂ ਦਾ ਸੁਭਾਅ ਤੇ ਚੁੱਪ ਕਿਵੇਂ ਕਰ ਗਈ ਇਹ ਹੋਰ ਮੈਂ ਤਾਂ ਆਪ ਹੈਰਾਨ ਹਾਂ ਬੇਬੇ ਮੈਨੂੰ ਤਾਂ ਇਹ ਤੀ ਮੈਂ ਇੰਨਾ ਕੁਛ ਵੀ ਜਿਹੜੀ ਬੋਲੀ ਜਾਂਦੀ ਹੈ ਰਾਜਵਿੰਦਰ ਇਹ ਉਹਦੇ ਸਿਰ 'ਚ ਮਾਰੂ ਕੁਛ ਚੱਕ ਕੇ ਪਰ ਇਹਨੇ ਕਰਿਆ ਕੁਛ ਵੀ ਨਹੀਂ ਹੈਗਾ ਇਦੂ ਬਾਅਦ 'ਚ ਵੀ ਨਹੀਂ ਕੁਛ ਬੋਲੀ ਬਾਅਦ 'ਚ ਮੈਨੂੰ ਵੀ ਨਹੀਂ ਕੁਛ ਬੋਲੀ ਉਹਦੇ ਬਾਰੇ ਮੈਂ ਤਾਂ ਆਪ ਹੈਰਾਨ ਰਹਿ ਗਿਆ ਕਮਾਲ ਹੀ ਹੋ ਗਈ ਇਹ ਤਾਂ ਹੋਰ ਮੈਨੂੰ ਵੀ ਐਵੇਂ ਬੋਲੂਗੀ ਬੋਲੀ ਨਹੀਂ ਹੈਗੀ ਉਹਦੇ ਮੂਹਰੇ ਜਮਾਂ ਵੀ ਮੈਨੂੰ ਤਾਂ ਲੱਗਦਾ ਜੱਸੇ ਉਹ ਰਾਜਵਿੰਦਰ ਤੋਂ ਡਰ ਗਈ ਜਿਹੜੀ ਕੁਛ ਬੋਲੀ ਹੀ ਨਹੀਂ ਹੈਗੀ ਉਹਨੂੰ ਹਾਂ ਮੈਨੂੰ ਵੀ ਐਂ ਲੱਗਦਾ ਬੇਬੇ ਬੋਲਣਾ ਤਾਂ ਨਹੀਂ ਚਾਹੀਦਾ ਤੇ ਉਹਨੂੰ ਜਿਹੜੇ ਹਿਸਾਬ ਨਾਲ ਸੁਭਾਅ ਹੈ ਉਹਦਾ ਗਰਮ
हाँ। उन्हें बोलना चाहिदा ती होर जिहड़ा चुप कर गई उह ऐ तां नहीं चुप करन वाली ना है नहीं ती हाँ अजी तो है नहीं ती चुप करन वाली वो तो एक दिया दस सुनाउंदी हाँ अजी तो कमाल है सोचदी हां चुप किवें कर गई देख होर सुभा तो आपा ये भी देख ही लिया राजविंदर का सुभा ए भी गर्म है मैनु लगता ये सुभा करके तइयो ए मूहरे बोली नहीं हो हाँ मैं तो भाई आप नहीं हूँ यदा रोब चलती बिना गल तो रोब पाई बैठी थी मैं तो आप हूँ ये मूहरे बोलिया करूँगी अच्छा बेबे हाँ और मैनू राजविंदर ने कहा कहती एवें लोड़ नहीं यदा रोब जहा चलन की एवें ना ये कंट्रोल जि रहा करो तुम मैं तो आप हूँ मूहरों इनू जवाब दिया करूँगी वो बेबे कितने ज्यादा ना कम खराब हो जाए ऊ ना भड़क जे कित होर पंगा खड़ा हो जाए की गल करी जाते थी बस गल तो आही करते थी भी राजविंदर देख लिया सुखपाल कि कुछ बोली जमी नहीं सुखपाल बोली हैगी मूहरे वो अस तो कमाल मन गए ओही तो गल है बेबे मैं तो आप हैरान हो गया मैं तो आप आई थी मैं भाभी तो चुप करने वाली है ही नहीं कि महला छिड़क गया पंगा मैं हूँ तो लड़ाई बधूगी होया कुछ भी नहीं है बोली नहीं हैगी मैनू लगता है तो डर गई हो होना की थी मैनू लगता राजविंदर ने दवा लिया सुखपाल सही गल है बेबे मैं लगता भाभी ना राजविंदर का दाबा मन गई वो तो मैनू भी कहती सी बेबे राजविंदर कहीं तुम तो दबके ज ना रहा करो क्यों इधर रोब चली जाने यदा अंग्रेज राज खत्म करो पर ठीक है फिर मैनू भी कहती थी राजविंदर कहती तू बेबे इधर रोब जा क्यों चलती हूँ नजायज मैं तो आप नहीं भाई हूँ नजायज रोब जा चलती मैं तो सोच लिया की कर दूगी ये आप तो आप नहीं रोब जा चलते आप लौड़ है आप क्यों चलिए फिर हाँ बेबे रसोई च गई थी तू हाँ गई थी मैं खंड खादी थी थोड़ी जी खादी थी खंड थोड़ी जी खलारा पा पे सारी रसोई च जे साफ कर खंडे खंड करी पी है रसोई च ले कमाल होगी तेरी आली फिर की लोड़ा आ गई पूरा खंड खिंड की मेरे तो तू कर दिंदी साफ तेनू की हुंदा थी बनिया तेनू की होदी मुंह संभाल के गल कर बेबे खंड तै खलारी है मैं साफ करा मैनू लगदा तेरा दिमाग खराब हो गया जेड़े तू मेरे मुंह बोलन की हिम्मत करी है क्यों मैं बोल नहीं सकती की कर देंगी फिर तू मेरा कर देंगी गुलाम आ मैं तेरी बनिया गुलाम दी बेबे पछतावेगी तू मेरे मुरे जना बोला की कर लेंगी तू मेरा खबरदार जे मेरे ते रोब जा मारया मैं नहीं रोब जा जल्दी हुन तेरा ए मैं बिना गल तो बेबे तेनू किसे दा रोब चलण दी लोड़ ही नहीं मेरी गल सुन ले मेजरा इनु समझा ला बंदा बन के ये समझाई जांदी है एवें गधे वांग खड़े देखदा रहनेगा मेरे मुरे जवान लड़ा हुंदी है मेरी गल सुन ले भाभी मैनू कदे कुदे बोलण दी कोई लोड़ नहीं तमीज नाल पेश आया कर मेरे नाल अच्छा अच्छा हुन तू भी बगावत करती हां फिर असी तेरा नहीं आई रोब क्यों चलिए असी तेरा कुछ नहीं देना तूना हां तू अपने दिमाग चो भुलेखा कट दे भी हुणा घर च तेरा अंग्रेज राज चलूगा हुण नहीं तेरे रोब थल्ले किसे ने रहना बथेरा चिर गुलाम बना लिया तू इन्हां नू देखा बेबे कुस्कदी हुण ना ना जमा नहीं कुस्कदी बड़ी बनी थी साडे ते राज चलाउण वाली सही गल है बेबे भाभी तो यार नाल डायर बनी फिरदी थी बस बन ली जिन्ना चिर बनना सी हुण नहीं इहदा रोब चलदा हुण मैं आ गई इस घर च हुण इहदा अंग्रेज राज खत्म सही गल है जस्से भाई तू भी माड़ा मोटा स्टैंड लेना शुरू कर दे लोड़ ही नहीं तेनू अजी भाभी दा रोब चलण दी सही गल है ओही तां गल है बेबे ऊई डरी जांदे सी तुस तां सारे अच्छा कमाल होगी जिहड़ा तुसी भाभी ते दबा पा गए मैं तां कदे सुपने च भी नहीं सोचिया सी वी इह कम हो सकदा सोचिया थी पता नहीं तां ना सोचिया थी देख ले फिर ये काम हो गया आ राजविंदर ने चौटे चकते मैं तो भैन तेन पहला भी कहा सी भी मैं नहीं किसी का नजायज रोब चलती आ तेरे सामने बैठा पूछ ले एक दिन मेरे ते रोब जा मार दी सी मैं तो पैगी फिर मूरो दबा ली फिर मैं ता आ ता तू चमत्कारी करता भाभी सुखपाल भाभी का तो रोब ही वाला सी घर च मैं तो हैरान हाँ तेरे ते होर यार मैं तो आप हैरान हाँ भी सुखपाल भैन इन्नी छेती थोड़े मूहरे किवें दब गई बस भैया तेरे सामने ही है एवी हुआ बना रखा सी इन्हां ने उहनू एवी सिर चढ़ा रखा सी ਹੋਰ ਬਈ ਯਾਰ ਮੇਰੇ ਤੇ ਤਾਂ ਆਪ ਉਹੀ ਰੋਬ ਜਿਹਾ ਮਰੀ ਜਾਂਦੀ ਰਹਿੰਦੀ ਬਿਨਾਂ ਗੱਲ ਤੋਂ ਮੈਂ ਤਾਂ ਆਪ ਅੱਗੋਂ ਹੁਣ ਪੈ ਜਾਣਾ ਠੀਕ ਹੈ ਫਿਰ ਨਜਾਇਜ਼ ਰੋਬ ਤਾਂ ਨਹੀਂ ਚੱਲਣਾ ਚਾਹੀਦਾ ਸਹੀ ਗੱਲ ਹੈ ਫਿਰ ਆਪਾਂ ਵੀ ਹੁਣ ਉਹਦਾ ਉਹੀ ਜਿਹੀ ਜਵਾਬ ਦਿਆ ਕਰਾਂਗੇ ਮੂਹਰੋਂ ਨਜਾਇਜ਼ ਰੋਬ ਆਪਾਂ ਕਿਉਂ ਚੱਲੀਏ ਉਹਦਾ ਹਾਂ ਫਿਰ ਠੀਕ ਹੈ ਅੱਜ ਆ ਜਾਣਗੇ ਬੇਬੇ ਕਿ ਨਹੀਂ ਆਉਂਦੇ ਵਾਪਸ ਅੱਜ ਨਹੀਂ ਆਉਂਦੇ ਪੁੱਤ ਕੱਲ੍ਹ ਨੂੰ ਆਉਣਗੇ ਜੱਸਾ ਕਹਿ ਕੇ ਗਿਆ ਤੀ ਉਹਨੂੰ ਕਹਿੰਦੀ ਮੇਰੇ ਪੇਕੇ ਚੱਲ ਮੈਂ ਆਪਦੇ ਪਿੰਡ ਜਾ ਕੇ ਆਉਣਾ ਉਹ ਕਹਿੰਦਾ ਚੱਲ ਉਹ ਤਾਂ ਹਜੇ ਵੀ ਰੋਬ ਜਿਹਾ ਸਹਿੰਦਾ ਉਹਦਾ ਜੱਸਾ ਤਾਂ अच्छा बेबे जस्सा भाई हजे भी ओदे कंट्रोल च चलदा है होर भैणे मैं तां उहनूं कहा सी मां जदों असीं डर चकता इहदा तूं भी चक दे तूं क्यों रोब सही इहने कि नहीं
सही गल है, वह भी मूहरों पैन लग जाया करे, आप ही सीधी होजू। हाँ ठीक है फिर, चल कोई गल नहीं, वह भी कदे पैजूगा साडे वांगू। अज रहोगे पम्मी पुत्त? ना अज नहीं रेंदे बेबे, अज तो असं मानसा आए सी कपड़े वाले दे, महा चल आए वाए बेबे होरां नूं मिले आईए। मैं तो कहना रह पैंदे पैणे अज। ना ना रहा तो कित्थे आंदा है, डंगर बच्छे का भी औखा गा है, तैनूं पता नाले बेबे तो कम नहीं बनता है इन्ना। होर सही गल है पुत्त, इन्ना कम बेचारी तो कित्थे बनता है, ढिली मठी रहिंदी है। होर बेबे अगले महीने आवांगे भाई, अगले महीने रह के जावांगे। चल थोड़ी मर्जी है भाई, उदो रात ला जांगे। ना कोई ना, होर घरे भी नहीं सरदा, चल नहीं तो फिर रह जांदे। ना सरदा नहीं भाई घरे। ना कोई ना, नहीं तो रह जांदे, फिर ला जांगे। ना ना कोई ना। ओरे आ मड़ जा अंदर, मेरा मोबाइल पैसा सिर्फ ते लख दे, मड़ जा लिया देन ले। चल एक मैं ही हाँ जेड़ा तेरा हुक्म मनदा, बाकी तो सब मनने हट गए। चल कोई ना, तू मना मन कर, कोई गल नहीं। चल कोई ना, मैं तो नहीं हटदा। चल कोई ना। मैं इन्हों महा चल बेबे होर को रात ला के आईए आप, महा मैं पिछली बार कह के आई सी बेबे महीने आवागे, अगले महीने रात ला के जावे थोड़े को। हाँ हाँ चल वधिया करे भेने आ गए। पम्मी उरे आ, गल सुनी मेरी। भाभी ए रोब नाल क्यों बुलाउनी है, प्यार नाल बुला ले मैनू, बिना गल तू ए रोब जे नहीं चाड़ींदा हुंदा। अच्छा अच्छा, तेरे भी हुण रंग ढंग जे बदल गए भेने। चल कोई गल नहीं, प्यार नाल बुला लैनी आ, उरे आई भेने माड़ा जा आ जानी। क्यों मानती है बेबे, हुण तां पम्मी भैण भी मूहरों पैण लग गई इहनूं। सही गल है। वधिया करे भेने तू, नाले तू रोब मेरा क्यों चलेगी भेने, जिहड़े सारी कलण हट गए। हाँ फिर भाभी, फालतू जे रोब मारन दी लोड़ ही नहीं, नाले मैं किहड़ा किसे दा कुछ देना जिहड़ा मैं रोब चलां। चल कोई गल नहीं भेने, मैनूं पता है भेने हुण इह घर च राजविंदर दा राज चलिया करूगा। चल कोई गल नहीं, मैं तो आप ओदी गुलामी करन तैयार हाँ हुण, जे तू है ही मेरे तो घेंट हुण ओदी तो मननी पऊगी। चल मैं बथेरा चिर इह घर दी मुखी रह गई, हुण ओह बण जू अगली तां की है। चल कोई गल नहीं भाभी, ओह तो ओहनूं पता है। होर सुना, तेरे पेके सारे ठीक ठाक सी? हाँ भेने सारे ठीक ठाक थे, तू दस भेने अपने किवें थीगे, तेरी सस ठीक है, तकड़ी है? ठीक है, ऊं तां हुण दवाइयां दप्पियां नाल तुरी फिरदी है बेचारी। अच्छा अच्छा, चल कोई ना भेने, दवाइयां दप्पियां नाल तुरे फिरे बंदा अजकल ओही बहुत है। हाँ ये तो है, वो तुरदा फिरदा रही बंदा। हाँ ओही तां गल है, होर हुण तां जणे खणे दवाइयां लगियां पईआं ने। मैनूं कहिंदी राजविंदर घर दी मुखी बणू, हुण तां आपदे मुँह ही मन्नी जांदी है। मैनू कहिंदी मैनूं तां उहदा गुलाम बण के रहना पऊ हुण, उह मेरे तों घैंट है कहिंदी। अच्छा अच्छा, ऐ अगले तू इन मनाई दी फिर। ले भेने मैं कर दनी सेल्फ साफ, ले भेने पड़ा दे। सुखपाल। हाँ भेने। आ तार ते जिहड़े साडे कपड़े सुकणे पाए पए ने, ओह फड़ा मैनू, मैं तां इहां ला दिन्नी आं। फड़ाउनी आ। ले भेने तैं भी लाई दिन्नी आं मैं। ला दे। ओह ला दूंगी, टाइम लगूगा। मैं तो भेने आपदे आप नूं तेरा कलाम मान लिया, तू मेरे ते जो मर्जी हुक्म ला दिया कर, कोई मर्जी कम करा लिया कर। बस ठीक है फिर, वो तो तेनूं मननी पऊ। ना मनूगी भेने, मनूगी क्यों नहीं, सिर मत्थे है। बस मैं तेनूं ऐ कहनी हैगी, तू सारा नूं आपदे कंट्रोल च रख, सारे तेरा हुक्म मन्निया करनगे। पहला इह घर दे विच घेंट मैं थी, हुण तू मेरे तों वी घेंट आ गई, हुण इह घर च तेरा हुक्म चलूगा, सारिआं ते हुक्म चलाया करी। कोई गल नहीं, सारिआं ते चलाया करूँ भेने, मेरे नाल इह घर दे सारे सहमत हो ही जाणगे। हो ही की जाणगे, होना पऊगा। अच्छा राजविंदर कहिंदी हुण मेरे कंट्रोल चलना पऊ सारिआं नूं। हाँ कहिंदी मेरे कंट्रोल चलना पऊगा, जे कंट्रोल च मेरे कोई ना चलिया, कहिंदी हिसाब ला लिओ आपदे आप नूं, मैं करूं वाली पैड़ी। हुण सोच लिओ
ਲੈ ਦੱਸ। ਚੱਲ ਕੋਈ ਨਾ ਭਾਈ। ਰਾਜਵਿੰਦਰ ਮੈਂ ਤਾਂ ਭੈਣੇ ਤੇਰੇ ਨਾਲ ਗੱਲ ਕਰਨੀ ਸੀ। ਹਾਂ ਦੱਸ। ਮੈਂ ਨਾ ਬੇਬੇ ਹੋਰਾਂ ਕੋਲ ਗੱਲ ਕਰੀ ਸੀ ਵੀ ਹੁਣ ਆਪਣੇ ਘਰ ਦੀ ਮੁਖੀ ਰਾਜਵਿੰਦਰ ਭੈਣ ਹੋਊਗੀ, ਉਹਦੇ ਹੁਕਮ ਅਨੁਸਾਰ ਆਪਾਂ ਨੂੰ ਚੱਲਣਾ ਪਊਗਾ ਸਾਰਿਆਂ ਨੂੰ। ਬੇਬੇ ਮੈਨੂੰ ਕਹਿੰਦੀ ਮੈਂ ਤਾਂ ਕੋਈ ਨਹੀਂ ਉਹਦੇ ਹੁਕਮ ਅਨੁਸਾਰ ਚੱਲਦੀ, ਉਹ ਮੇਰੇ ਘਰ ਆਤ ਸਹਿਮਤ ਹੋ ਗਿਆ। ਅੱਛਾ ਅੱਛਾ। ਹਾਂ ਬੇਬੇ ਤੈਨੂੰ ਘਰ ਦਾ ਮੁੱਖ ਮੰਨਣ ਲਈ ਤਿਆਰ ਨਹੀਂ ਹੈਗੀ। ਦੇਖ ਭੈਣ ਬਣ ਕੇ ਬੇਬੇ ਕੋਲ ਮੇਰਾ ਨਾਂ ਲੈ ਦੀ, ਸਹੁੰ ਲੱਗੇ ਤੈਨੂੰ ਵੱਡੇ ਮਹਾਰਾਜ ਦੀ। ਨਾ ਨਾ ਮੈਂ ਤੇਰਾ ਨਾਂ ਨਹੀਂ ਲੈਂਦੀ, ਬੇਬੇ ਮੇਰੇ ਮੂਹਰੇ ਕੁਸਕ ਕੀ ਦਿਖਾ ਦੇ। ਦੇਖ ਲੈ ਐਂ ਕਹਿੰਦੀ ਹੈ, ਹੁਕਮ ਤਾਂ ਇਹਨੂੰ ਮੇਰਾ ਮੰਨਣਾ ਹੀ ਪਊਗਾ, ਦੇਖਦੇ ਹਾਂ ਕਿਵੇਂ ਨਹੀਂ ਮੰਨਦੀ। ਚੱਲ ਭੈਣ ਬਣ ਕੇ ਮੇਰਾ ਨਾਂ ਲੈ ਦੀ, ਕਿਤੇ ਬੇਬੇ ਕੋਲੋਂ ਕਿਤੇ ਹੋਰ ਲੜਾ ਦੇ ਸੱਸ ਨੂੰ ਹਨ ਸਾਨੂੰ। ਨਾ ਨਾ ਕੋਈ ਨਾ ਮੈਂ ਤੇਰਾ ਨਾਂ ਨਹੀਂ ਲੈਂਦੀ। ਠੀਕ ਹੈ ਬਸ ਕੱਢ ਹੀ ਰਹੀ ਤੂੰ। ਬੇਬੇ ਮੈਨੂੰ ਰਸੋਈ ਚੋਂ ਪਾਣੀ ਦਾ ਗਲਾਸ ਲਿਆ ਕੇ ਦੇਈ, ਮਾੜਾ ਨਿੱਘਾ ਕਰ ਲਈ। ਚੰਗਾ ਲਿਆ ਦੇਣੀ ਆ ਪੁੱਤ। ਨਾਲੇ ਰਸੋਈ ਚ ਦੇਖ ਲਈ ਭਾਂਡੇ ਨਾ ਮਾਂਜਣ ਵਾਲੇ ਪਏ, ਹੁਣ ਫਿਰ ਮਾਂਜਦੀ। ਸੁਖਪਾਲ ਤਾਂ ਬਾੜੇ ਚ ਗਈ ਹੈ। ਕੋਈ ਨੀ ਮਾਂਜ ਦੂੰਗੀ। ਹੋਰ ਬਾਈ ਠੀਕ ਹੈ? ਹਾਂ ਬਾਈ ਠੀਕ ਹੈ ਵਧੀਆ। ਤੇ ਨਹਿਰ ਦਾ ਪਾਣੀ ਮੈਂ ਲਾਊਂਗਾ ਇੱਕ ਤੀ ਫਿਰ। ਤੂੰ ਲਾਵੇਂਗਾ? ਹਾਂ ਚੱਲ ਤੂੰ ਲਾ ਲੈ, ਆਪਾਂ ਫਿਰ ਰਮਾ ਦਾਂਗੇ ਹੈ ਨਾ। ਨਾ ਕੋਈ ਨਾ ਲਾ ਲੈਣ ਦੇ ਨੂੰ, ਅਗਲੇ ਫਿਰ ਰਮਾ ਦਾਂਗੇ। ਹਾਂ ਫਿਰ ਰਮਾ ਦਾਂਗੇ ਆਪਾਂ। ਹੋਰ ਚਾਹ ਪੀਵੇਂਗਾ? ਬਸ ਚਾਹ ਤਾਂ। ਹੋਰ ਠੀਕ ਹੈ ਵਧੀਆ। ਬਸ 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 ਦੇਖ ਲੈ, ਬਸ ਲਾ ਕੇ ਰਮਾਉਣਾ ਹੈ। ਠੀਕ ਹੈ ਠੀਕ। ਉਹ ਦੂਜਾ ਪਾਲੇਗਾ ਵੀ ਤੁਸੀਂ ਲਾਏਗਾ? ਹਾਂ ਉਹ ਵੀ ਮੈਂ ਹੀ ਲਾਊਂਗਾ, ਮੇਰਾ ਇੱਕ ਮਿੰਟ ਹੋ ਜੂ। ਬਹੁਤ ਵਧੀਆ ਵਧੀਆ ਠੀਕ ਰਮਾ ਦੇ ਵਧੀਆ ਠੀਕ। ਓਕੇ ਹੋਰ ਨਾ ਭਰਦੀ ਸਮਾਂ ਵਧੀਆ ਹੁਣ ਤਾਂ ਫਿਰ ਤਾਂ ਖਾਸਾ ਹੋ ਜੂ ਤੇਰੇ ਕੋਲੇ। ਹਾਂ ਲਵੀ ਲੱਗ ਜੂ ਸਾਡਾ। ਹਾਂ ਲੱਗ ਜੂ। ਹਾਂ ਬਸ ਫਿਰ ਅਸੀਂ ਤਾਂ ਗਾਂ ਵਾਲੀ ਵਾਰੀ ਭਰਦੇ। ਠੀਕ ਹੈ ਠੀਕ ਠੀਕ ਵਧੀਆ। ਗਾਂ ਤੂੰ ਦੇ ਰਹੀ ਸਾਨੂੰ, ਫਿਰ ਗਾਂ ਨੂੰ ਹੈ ਕਰ ਲਈ, ਹੈ ਕਰ ਲਾਂਗੇ ਗਾਂ ਵਾਲੀ ਵਾਰੀ ਤੁਸੀਂ ਲਾ ਲਓ, ਹੈ ਕਰ ਲਾਂਗੇ। ਠੀਕ ਹੈ ਗਾਂ ਵਾਲੀ ਵਾਰੀ ਲਾ ਲਾਂਗੇ। ਹਾਂ ਬਾ ਠੀਕ ਹੈ ਕਰ ਲਾਂਗੇ। ਨਾ ਕੋਈ ਨਾ ਲਾ ਲਈ। ਠੀਕ ਹੈ ਹੋਰ ਚਾਹ ਤੇਰਾ ਕੋਈ ਟਾਈਮ ਲਾ ਲਾ ਨਾ। ਬਸ ਬਸ ਹੈ ਬਸ ਨਾ ਕੋਈ ਨਾ ਲਾ ਲਈ। ਠੀਕ ਹੈ ਚੰਗਾ ਚੱਲ ਉਹ ਫਿਰ ਆਪਾਂ ਗਾਂ ਨੂੰ ਲਾ ਲਾਂਗੇ। ਹਾਂ ਕੁਛ ਨਹੀਂ ਹੁੰਦਾ, ਚੱਲ ਫਿਰ ਕੀ ਹੁਣ ਜਵਾਬ। ਮੇਰੀ ਗੱਲ ਸੁਣ, ਅਲਮਾਰੀ ਤੂੰ ਖੋਲੀ ਸੀ? ਹਾਂ ਮੈਂ ਖੋਲੀ ਤੀ, ਮੈਂ ਤਾਂ ਉਹਦਾ ਕਾਲਾ ਕੋਟ ਪਾਲਦਾ ਸੀ। ਆਹ ਪਾਲਦਾ ਸੀ ਤੂੰ ਕਾਲਾ ਕੋਟ? ਦੇਖ ਤਾਂ ਸਹੀ ਜਾ ਕੇ ਕਿਵੇਂ ਅਲਮਾਰੀ 'ਚ ਖਲਾਰਾ ਪਾਏ, ਕਰ ਉਹਨੂੰ ਲੁੱਟ ਜਾ ਕੇ ਜਮੀ ਉਵੇਂ ਲੁੱਟ ਕਰਦੇ ਜਿਵੇਂ ਪਹਿਲਾਂ ਪਏ ਸੀ। ਕਰ ਦੂੰ ਆ ਇੱਕ ਟੋਕਰਾ ਛੱਡਦਾ ਮੈਂ, ਕੋਈ ਨਾ ਫਿਰ ਵਗ ਜੂ। ਫਿਰ ਦੇਖਦੀ ਟੋਕਰਾ, ਚੱਲ ਕਰ ਲੁੱਟ ਉਹਨਾਂ ਨੂੰ। ਮੇਰੀ ਗੱਲ ਸੁਣ ਬੇਬੇ, ਬਾਹਰ ਕਹਿੰਦਾ ਨਾ ਮੰਜਾ ਤੂੰ ਡਾਹਿਆ ਸੀ। ਹਾਂ ਮੈਂ ਡਹਾਇਆ ਤੀ ਪੁੱਤੇ, ਦੱਸੇ ਤੋਂ ਮੈਂ ਬੈਠੀ ਤੇ ਉੱਥੇ ਮੈਂ ਚੱਲ ਧੁੱਪ ਜੀ ਸੇਕ ਲੂੰਗੀ। ਆ ਡਹਾਇਆ ਤੀ ਤੂੰ ਜੱਸੇ ਤੋਂ, ਉਹਨੂੰ ਲੈ ਕੇ ਕੌਣ ਆਊਗਾ? ਜਾ ਚੱਕ ਕੇ ਲੈ ਕੇ ਆ। ਕੋਈ ਨਹੀਂ ਚੱਕ ਲੈਣੀ ਉਹ ਤੇ। ਮੇਰੀ ਗੱਲ ਸੁਣੋ, ਮੈਨੂੰ ਮੇਰੇ ਸੂਟ ਹੀ ਨਹੀਂ ਥਿਆ ਰਹੇ, ਮੇਰੇ ਸੂਟ ਕਿੱਧਰ ਗਏ? ਕਿਹੜੇ ਸੂਟ ਆ, ਮੈਨੂੰ ਕੀ ਪਤਾ ਕਿੱਥੇ ਰੱਖੇ ਸੀ, ਤੂੰ ਦੇਖ ਕਿੱਥੇ ਰੱਖੇ ਨੇ। ਮੈਂ ਕਿੱਥੇ ਰੱਖਣੇ ਸੀ, ਮੈਂ ਤਾਂ ਉੱਥੇ ਰੱਖੇ ਸੀ ਜਿੱਥੇ ਪਏ ਹੁੰਦੇ ਨੇ ਅਲਮਾਰੀ 'ਚ, ਮੈਨੂੰ ਤਾਂ ਇੱਕ ਵੀ ਸੂਟ ਨਹੀਂ ਥਿਆ, ਕੁਛ ਕੁ ਮੈਂ ਟਰੰਕ 'ਚ ਰੱਖੇ ਸੀ, ਸੂਟ ਗਏ ਕਿੱਧਰ? ਲੈ ਕਮਾਲ ਹੋ ਗਈ, ਐ ਸੂਟ ਕਿੱਧਰ ਜਾ ਸਕਦੇ ਨੇ? ਹੋਰ ਉਹੀ ਤਾਂ ਗੱਲ ਹੈ, ਉੱਥੇ ਹੋਣਗੇ ਸੂਟ, ਹੋਰ ਕਿੱਧਰ ਪਾ ਗਏ, ਧਿਆਨ ਨਾਲ ਦੇਖ ਤੂੰ। ਲੈ ਫੇਰ ਉਹੀ ਗੱਲ, ਮੈਂ ਪਾਗਲ ਆ, ਮੇਰਾ ਦਿਮਾਗ ਖਰਾਬ ਹੈ, ਸਾਰੇ ਭਾਲ ਲੈ ਮੈਨੂੰ ਕਿਤੇ ਨਹੀਂ ਦੇ। ਲੈ ਕਮਾਲ ਹੋ ਗਈ, ਹੋਰ ਕਿੱਥੇ ਜਾਣਾ, ਚੱਲ ਦੇਖ। ਮੈਨੂੰ ਤਾਂ ਪੱਕਾ ਕੋਈ ਬੇਬੇ ਚਾਰ ਲੱਗਦੀ ਹੈ ਭੈਣੇ, ਇਹ ਅੰਦਰੋਂ ਅੰਦਰ ਹੀ ਪਹਿਲਾਂ ਤਾਂ ਵਗ ਗਈ ਤੀ, ਤੇਰਾ ਕੋਈ ਹੁਕਮ ਨਹੀਂ ਮੰਨਣਾ ਚਾਹੁੰਦੀ ਤੀ, ਹੁਣ ਸਿੱਧੀ ਤਾਂ ਇਹਦੀ ਕੋਈ ਵਾਰ ਨਹੀਂ ਚੱਲੀ ਹੋਣੀ, ਕਹਿੰਦੀ ਹੋਣੀ ਐਂ ਇਹਦਾ ਨੁਕਸਾਨ ਕਰਾਂ,
ਇਸੇ ਨੇ ਸੂਟ ਭੈਣੇ ਤੇਰੇ ਪਾਸੇ ਕਰੇ ਨੇ ਕਿਤੇ। ਹਾਂ ਸ਼ੱਕ ਤਾਂ ਮੈਨੂੰ ਬੇਬੇ 'ਤੇ ਹੈ। ਕੋਈ ਗੱਲ ਨਹੀਂ, ਮੈਨੂੰ ਮਾੜਾ ਜਿਹਾ ਪਤਾ ਲੱਗ ਜਾਣਦੇ, ਫਿਰ ਦੇਖੀ ਇਹਦਾ ਕੀ ਬਣਦਾ। ਭੈਣ ਬਣ ਕੇ ਮੇਰਾ ਨਾਂ ਧਰਦੀ ਕਿਤੇ? ਨਾ ਨਾ ਤੂੰ ਫਿਕਰ ਨਾ ਕਰ, ਤੇਰਾ ਨਾਂ ਨਹੀਂ ਧਰਦੀ। ਹੋਰ ਦੱਸ ਫਿਰ ਕੀ ਕੰਮ ਕਰਨਾ? ਪੋਚਾ ਮਾਰਦੇ ਅੰਦਰ ਕਮਰੇ 'ਚੋਂ, ਪਰਾਂ ਵਾਲੇ 'ਚ, ਪੇਟੀਆਂ 'ਚ। ਹਾਂ ਮਾਰਦਾ ਨਹੀਂ ਆ? ਹਾਂ ਕੋਈ ਗੱਲ ਨਹੀਂ, ਮਾਰਦਾ ਨਹੀਂ। ਲੈ ਮਾੜਾ ਜਿਹਾ ਇੱਧਰ ਹੋ ਜਾ, ਲੈ ਮਾਰਦਾ। ਗਾਜਰਾਂ ਤਾਂ ਹੋਣੀਆਂ ਜੱਸੇ ਹਜੇ ਖੇਤ ਆ? ਹਾਂ ਗਾਜਰਾਂ ਤਾਂ ਬਹੁਤ ਖੜੀਆਂ ਬੇਬੇ, ਬੰਦ ਗੋਭੀ ਵੀ ਖੜੀ ਹੈ, ਫੁੱਲ ਗੋਭੀ ਮੁੱਕ ਗਈ। ਚੱਲ ਲੈ ਕੋਠੇ ਤੇ ਪਾ ਕੇ ਆਵਾਂ ਰੋਟੀਆਂ ਜਿਹੜੀਆਂ ਬਰੂਰੀਆਂ ਨੇ ਪੰਛੀਆਂ ਨੂੰ। ਮੇਰੇ ਕੱਪੜੇ ਨੇ, ਕਮਾਲ ਹੋ ਗਈ, ਇੱਥੇ ਕਿਨੇ ਰੱਖਤੇ? ਲੈ ਦੱਸ, ਦੇਖ ਲੈ ਕਹੀ ਜੀ ਚਾਲ ਖੇਡੀ ਆ ਬੁੜੀ ਨੇ, ਕਮਾਲ ਹੋ ਗਈ ਵੀ ਉਰੇ ਕਿਹੜਾ ਕਿਸੇ ਨੇ ਦੇਖਣਾ, ਕੋਠੇ ਤੇ ਚੜ ਕੇ ਉਰੇ ਲੁਕੋ ਤੇ। ਕੋਈ ਨਾ ਖੜ ਜਾ, ਤੈਨੂੰ ਤਾਂ ਮੈਂ ਪੁੱਛਦੀ ਆ, ਖੜ ਜਾ ਬੁੜੀਏ, ਠਹਿਰ ਜਾ। ਬੇਬੇ ਤੂੰ ਮੇਰੇ ਕੱਪੜੇ ਜਾਣ ਕੇ ਕੋਠੇ ਤੇ ਲੁਕੋ ਕੇ ਆਈ ਸੀ, ਵੀ ਇਹਨੂੰ ਕਿਹੜਾ ਥਿਆਉਣੇ ਨੇ? ਹੈ ਲੈ ਕਮਾਲ ਹੋ ਗਈ ਰਾਜਵਿੰਦਰ, ਮੈਂ ਤੇਰੇ ਕੱਪੜੇ ਲੁਕੋ ਕੇ ਕੀ ਕਰਨਾ ਸੀ? ਤੂੰ ਮੈਨੂੰ ਜਾਣ ਕੇ ਖਰਾਬ ਕਰਨਾ ਸੀ ਨਾ, ਸਿੱਧਾ ਤਾਂ ਤੂੰ ਮੇਰੇ ਮੂਹਰੇ ਬੋਲ ਨਹੀਂ ਸਕਦੀ ਸੀ, ਪੁੱਠੇ ਤਰੀਕੇ ਨਾਲ ਦੁਸ਼ਮਣੀ ਕੱਢਦੀ ਸੀ ਤੂੰ ਮੇਰੇ ਨਾਲ। ਤੂੰ ਬੁੜੀਏ ਬਾਜ਼ ਆ ਜਾ, ਬਾਜ਼ ਆ ਜਾ, ਮੈਂ ਤੇਰੇ ਨਾਲ ਬਹੁਤ ਭੈੜੀ ਕਰੂੰ। ਨਾ ਨਾ ਰਾਜਵਿੰਦਰ, ਬੇਬੇ ਨੇ ਤੇਰੇ ਕੱਪੜੇ ਲੁਕੋ ਕੇ ਕੀ ਕਰਨੇ ਸੀ ਬਈ? ਤੂੰ ਚੁੱਪ ਕਰਕੇ ਬਹਿ ਜਾ ਬਈ, ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ, ਇਸੇ ਨੇ ਲੁਕੋਏ ਨੇ ਮੇਰੇ ਕੱਪੜੇ ਕੰਜਰੀ ਨੇ। ਕੀ ਹੋ ਗਿਆ? ਲੈ ਦੱਸ, ਮੂੰਹ ਸੰਭਾਲ ਕੇ ਬੋਲ ਰਾਜਵਿੰਦਰ, ਨਾ ਫੇਰ ਤੂੰ ਮੇਰਾ ਕੀ ਕਰ ਲੇਂਗੀ, ਮਾਰਕੇ ਚ ਪੇੜਾ ਮੂੰਹ ਦੂਜੇ ਪਾਸੇ ਲਾ ਦੂੰ ਬੁੜੀਏ। ਰਾਜਵਿੰਦਰ ਦੇਖ ਭਾਈ, ਇਹ ਤਾਂ ਤੇਰੀ ਗਲਤ ਗੱਲ ਹੈ। ਮੈਂ ਤੈਨੂੰ ਕਹਤਾ ਭਾਈ, ਤੂੰ ਚੁੱਪ ਕਰਕੇ ਬਹਿ ਜਾ। ਹੋਇਆ ਕੀ ਹੈ ਮੈਨੂੰ ਇਹ ਦੱਸ ਦੇ ਰਾਜਵਿੰਦਰ। ਆ ਦੇਖ ਲੈ, ਬੁੜੀ ਨੇ ਮੇਰੇ ਕੱਪੜੇ ਬਦਰੇ ਦੇ ਚਵਾਰੇ ਦੇ ਸੰਨ ਚ ਲੁਕਵਾਏ ਪਏ ਸੀ। ਚਿੱਤਰ ਖਾਣ ਵਾਲੀਆਂ ਗੱਲਾਂ ਤਾਂ ਇਹ ਕਰਦੀ ਹੈ, ਮੈਂ ਕੱਪੜੇ ਭਾਰ ਭਾਰ ਥੱਕ ਗਈ। ਅੱਛਾ ਬੇਬੇ, ਤਾਂ ਕੱਪੜੇ ਕਾਹਤੇ ਲੁਕੋਏ ਤੇਰੇ? ਮੈਂ ਜਿਹੜਾ ਮੈਂ ਇਹਦੇ ਨੀੜੇ ਲੁਕੋ ਕੇ ਕੀ ਕਰਨੇ ਸੀ ਪੁੱਤ? ਹਾਂ ਬੇਬੇ, ਨਾ ਬੇਬੇ ਨੇ ਤਾਂ ਤੇਰੇ ਕੱਪੜੇ ਲੁਕੋ ਕੇ ਕੀ ਕਰਨਾ ਸੀ? ਤੂੰ ਆਰਾਮ ਨਾਲ ਟਿਕ ਕੇ ਖੜ ਜਾ, ਮੈਂ ਤਾਂ ਕੁਛ ਹੋਰ ਨਾ ਸੁਣ ਲਈ, ਮੈਨੂੰ ਸਾਰਾ ਪਤਾ ਕੱਪੜੇ ਇਸੇ ਨੇ ਲੁਕੋਏ ਨੇ ਮੇਰੇ। ਬੁੜੀਏ ਤੇਰੀ ਗੁੱਤ ਫੱਟ ਕੇ ਹੱਥ 'ਚ ਫੜਾ ਦੂੰ, ਜੇ ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰੀ, ਉਲਟੇ ਸਿੱਧੇ ਕੰਮ ਕਰਦੀ ਰਹਿਣੀ ਸਾਰਾ ਦਿਨ। ਜਦੋਂ ਘਰ 'ਚ ਮੇਰਾ ਹੁਕਮ ਚੱਲਦਾ ਸੀ, ਉਹ ਤਾਂ ਕਹਿੰਦੀ ਅੰਗਰੇਜ਼ ਰਾਜ ਬਣਾਈ ਬੈਠੀ ਹੈ, ਤਾਂ ਕਰਕੇ ਮੈਂ ਤੇਰੇ ਨਾਲ ਅੰਗਰੇਜ਼ਾਂ ਦੀ ਚਾਲ ਖੇਡੀ ਹੈ। ਕੋਈ ਨਾ ਰਾਜਵਿੰਦਰ, ਕੱਪੜੇ ਤੇਰੇ ਮੈਂ ਲੁਕੋਏ ਨੇ। ਤੂੰ ਆਪਦੇ ਆਪ ਨੂੰ ਬਾਹਲੀ ਘੰਟ ਕਹੋ ਦਿੱਤੀ ਨਾ, ਆਹ ਦੇਖ ਲੈ ਇਹ ਸਾਰੇ ਤੇਰੇ ਉਲਟ ਹੋ ਗਏ, ਜਿਨ੍ਹਾਂ ਨੇ ਤੇਰੇ ਪਿੱਛੇ ਲੱਗ ਕੇ ਮੇਰੇ ਨਾਲ ਬਗਾਵਤ ਕਰੀ ਤੀ। ਹੁਣ ਤੂੰ ਦੇਖੀ ਅੰਗਰੇਜ਼ਾਂ ਨੂੰ ਦਾ ਕਮਾਲ। ਲੈ ਇੰਨੀ ਬੇਇੱਜ਼ਤੀ ਤਾਂ ਕਦੇ ਮੇਰੀ ਸੁਖਪਾਲ ਨੇ ਨਹੀਂ ਕਰੀ ਤੀ, ਭਮਾ ਘਰ 'ਚ ਸੁਖਪਾਲ ਦੀ ਚੱਲਦੀ ਤੀ, ਤਾਂ ਮੇਰੀ ਬੇਇੱਜ਼ਤੀ ਕਰਨ ਵਾਲੀ ਤਾਂ ਉਹਨੇ ਕਦੇ ਗੱਲ ਹੀ ਨਹੀਂ ਕਰੀ ਤੀ ਮੇਰੇ ਨਾਲ। ਆਹ ਦੇਖ ਲਓ ਤੁਹਾਡੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕਰਦੀ ਹੈ, ਕੀ ਕੁਛ ਬੋਲਦੀ ਹੈ ਮੈਨੂੰ। ਮਾੜੀ ਗੱਲ ਹੈ ਬੇਬੇ, ਮਾੜੀ ਗੱਲ ਹੈ ਤਾਂ ਰਾਜਵਿੰਦਰ ਜੀ। ਨਹੀਂ ਮੈਨੂੰ ਵੀ ਠੀਕ ਜਾਣ ਲੱਗਿਆ ਉਹਦਾ ਵਿਵਹਾਰ, ਜਾ ਮਾੜੀ ਗੱਲ ਹੈ ਉਹਦੀ, ਇਹ ਤਾਂ ਮਾੜੀ ਤਾਂ ਹੈਗੀ ਹੈ, ਦੇਖ ਲੈ। ਸੁਖਪਾਲ ਜਾ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ। ਕਿਤੇ ਤਾਂ ਆਪ ਨਹੀਂ ਪੀਤਾ ਜਾਂਦਾ ਹੈਗਾ ਪਾਣੀ, ਲਿਆ ਕੇ ਦੇ ਤੈਨੂੰ ਪਾਣੀ। ਨਾ ਕੀ ਪਕਾਈ ਮਰੀ ਜਾਂਦੀ ਆ, ਮੈਂ ਤਾਂ ਕੁਛ ਹੋਰ ਨਾ ਕਰਾ ਲਈ, ਜਾ ਪਾਣੀ ਦਾ ਗਲਾਸ ਲਿਆ ਕੇ ਦੇ ਮੈਨੂੰ। ਤੂੰ ਨਾ ਮੈਂ ਤਾਂ ਹੋਰ ਕੁਛ ਕਰਾ ਲਈ, ਮੈਂ ਤੇ ਨੌਕਰ ਰੱਖੀ ਆ। ਠਹਿਰ ਜਾ ਨੀ ਇੱਕ ਮਿੰਟ, ਹੁਣ ਦੱਸ ਕੀ ਬੋਲਦੀ ਸੀ? ਹਾਂ ਕੀ ਬੋਲਣਾ ਸੀ, ਮੈਂ ਤੇ ਨੌਕਰ ਰੱਖੀ ਆ, ਪਾਣੀ ਤਾਂ ਹੁਣ ਤੂੰ ਮੈਨੂੰ ਲਿਆ ਕੇ ਦੇ। ਮੂੰਹ ਤੇ ਮਾਰੂ ਮੈਂ ਚਪੇੜਾ, ਬਣੀਆਂ ਚਪੇੜਾ ਮਾਰਦੀ, ਮਾਰ ਕੇ ਦੇਖ, ਫੜ ਕੇ ਨਾ ਤੇਰੇ ਗੁੱਤ ਵਿਹੜੇ ਚਕੜੀ ਸੀ ਫਿਰੂ। ਆ ਜਾ ਮਾਰ ਕੇ ਦੇਖ ਕੀ ਕਰ ਲਈ ਹੁਣ, ਕੀ ਕਰ ਲਈ ਭੈਣ ਬਣ
ਕੇ ਬੜੀ ਘੈਂਟ ਜੀ ਬਣਦੀ ਛੋੜ ਦੀ ਵਾ ਵੀ ਛੱਡ ਦੇ ਚੱਲ ਚੁੱਪ ਕਰ ਜਾ ਵਾ ਤੂੰ ਜੁੱਤੀ ਲਾ ਕੇ ਮਰ ਲੈ ਸਰਚ ਸਰਚ ਗੰਜ ਪਾ ਦੂੰ ਤੁਸੀਂ ਹੁਣ ਬੋਲ ਕੇ ਦਿਖਾਇਆ ਮੇਰੇ ਸਾਹਮਣੇ ਕੋਈ ਸੋਨੂੰ ਆਏ ਤੀ ਵੀ ਉਹਦੇ ਜਿੱਦੇ ਬੋਲਦੀ ਤੀ ਮੈਂ ਡਰਦੀ ਚੁੱਪ ਕਰ ਗਈ ਤੂੰ ਡਰਦੀ ਡਰਦੀ ਕੋਈ ਨਹੀਂ ਚੁੱਪ ਕਰੀ ਮੈਂ ਤਾਂ ਐ ਚੁੱਪ ਕਰ ਗਈ ਵੀ ਜੇ ਮੈਂ ਇਹਦੇ ਮਾਰਿਆ ਇਹ ਮੇਰੇ ਮੂਹਰੇ ਬੋਲਣ ਲੱਗ ਜੂ ਇਹ ਡਰ ਚੱਕਿਆ ਜਾਊ ਛੱਡ ਦੇ ਵੱਡੀ ਘੈਂਟ ਬਣਦੀ ਤੀ ਹੁਣ ਮੈਂ ਤਾਂ ਮਾਫੀਆਂ ਮੰਗਦੀ ਐ ਹੈ ਆਏ ਭੈਣ ਤੂੰ ਘੈਂਟ ਐ ਮੈਂ ਘੈਂਟ ਨਹੀਂ ਹੈਗੀ ਮਾਫ ਕਰ ਦੇ ਭੈਣ ਬਣ ਕੇ ਮੈਨੂੰ ਛੱਡ ਦੇ ਚਲ ਛੱਡ ਦੇ ਸੁਪਾਲ ਬੇਬੇ ਤੁਸੀਂ ਸਾਰਿਆਂ ਨੇ ਮੇਰੇ ਨਾਲ ਬਗਾਵਤ ਕਰਤੀ ਤੀ ਨਾ ਪਰ ਕੱਲੇ ਇਹਨੇ ਨਹੀਂ ਕਰੀ ਸੀ ਕਿਉਂਕਿ ਇਹਨੂੰ ਪਤਾ ਸੀ ਮੇਰਾ ਹਾਂ ਮੈਨੂੰ ਪਤਾ ਸੀ ਮੈਂ ਆਖਿਆ ਹੈਗੀ ਤਾਂ ਕੋਈ ਗੱਲ ਹੈ ਮੈਂ ਕਿਹਾ ਇੰਨੀ ਛੇਤੀ ਮੈਂ ਕਿਹਾ ਹਾਰ ਮੰਨਣ ਵਾਲੀ ਤਾਂ ਹੈ ਨਹੀਂ ਕਿਸੇ ਪਾਲ ਮੈਂ ਕਿਹਾ ਹੈ ਤਾਂ ਕੋਈ ਰਾਜ ਹੈ ਜਿਹੜਾ ਇਹ ਚੁੱਪ ਹੋਈ ਹੈ ਤੁਸੀਂ ਇਹਦੇ ਸਿਰ ਤੇ ਬਗਾਵਤ ਕਰੀ ਤੀ ਨਾ ਆਹ ਦੇਖ ਲਓ ਆਹ ਖੜੀ ਹੈ ਦੇਖ ਲਓ ਨਾ ਨਾ ਪੁੱਤ ਸੁਖਪਾਲ ਸਾਨੂੰ ਮਾਫ ਕਰ ਦੇ ਹੁਣ ਇਹ ਘਰ 'ਚ ਤੇਰੇ ਹੀ ਰਾਜ ਚੱਲੂ ਪੁੱਤ ਹਾਂ ਭਾਬੀ ਤੇਰੀ ਹੁਕਮ ਚੱਲੂ ਹੈ ਘਰ 'ਚ ਹੁਣ ਅੱਛਾ ਤੁਹਾਡੇ ਸਰਪੰਚ ਹੁਣ ਬਣਿਆ ਹਾਂ ਹਾਂ ਪਹਿਲਾਂ ਨਾ ਮਰ ਗਿਆ ਸੀਗਾ ਵਿਚਾਰਾ ਅੱਛਾ ਤਾਂ ਕਰਕੇ ਫਿਰ ਹੁਣ ਤਾਂ ਸਰਬ ਸੰਮਤੀ ਹੋ ਗਈ ਚੱਲ ਲੋਟ ਹੈ ਵਧੀਆ ਸਮ ਹਨਾ ਹਾਂ ਸਰਬ ਸੰਮਤੀ ਹੋ ਜੇ ਵਧੀਆ ਸਮ ਰੋਲੇ ਕੋਲੇ ਨੂੰ ਪਰ ਇੱਕ ਪਿੰਡ 'ਚ ਇਹੋ ਜਿਹੇ ਮੈਂ ਤਾਂ ਕਹਿੰਦਾ ਹੋਰ ਫਿਰ ਲੜਾਈਆਂ ਹੁੰਦੀਆਂ ਹੋਰ ਲੜਾਈਆਂ ਸੀ ਬੈਸ ਪੈ ਗਈ ਉਦੋਂ ਹਾਂ ਪੰਮੀ ਉਰੇ ਆ ਮੇਰੀ ਗੱਲ ਸੁਣ ਹਾਂ ਹਾਂ ਭਾਬੀ ਨਾ ਕੀ ਗੱਲ ਹੁਣ ਨਹੀਂ ਕਿਹਾ ਮੇਰੇ ਤੇ ਰੋਕ ਮਾਰ ਦਈਏ ਨਾ ਨਾ ਭਾਬੀ ਉਹ ਤਾਂ ਮੇਰੇ ਤੋਂ ਗਲਤੀ ਹੋ ਗਈ ਸੀ ਇਸ ਘਰ 'ਚ ਤੇਰੇ ਹੀ ਰਾਜ ਚੱਲਦਾ ਸੀ ਤੇਰੇ ਹੀ ਚੱਲੂਗਾ ਹਾਂ ਚੱਲ ਬਹਿ ਜਾ ਕੇ ਮੈਂ ਤਾਂ ਦੇਖਣੀ ਤੀ ਠੀਕ ਹੈ ਭਾਬੀ ਮੇਰੀ ਗੱਲ ਸੁਣ ਭਾਬੀ ਮੈਂ ਤਾਂ ਤੈਨੂੰ ਵੀ ਸਮਝਾਉਣੀ ਆ ਤੂੰ ਇਹਦੇ ਭਾਬੀ ਦੇ ਆਖੇ ਲੱਗ ਜਾ ਕਰੀ ਹੁਣ ਨਾ ਵਿਰੋਧ ਕਰੀ ਕਦੇ ਨਾ ਨਾ ਮੈਂ ਨਹੀਂ ਵਿਰੋਧ ਕਰਦੀ ਇਹਨੂੰ ਤਾਂ ਮੇਰੀ ਬਾਹੀਂ ਤੋੜ ਕੇ ਰੱਖ ਦੇਣੀ ਸੀ ਮੈਂ ਨਹੀਂ ਹੁਣ ਪੰਗਾ ਲੈਂਦੀ ਇਹਦੇ ਨਾਲ ਇਹੀ ਗੱਲ ਤਾਂ ਮੈਨੂੰ ਪਹਿਲਾਂ ਸਮਝਾਉਂਦਾ ਸੀ ਭੈਣੇ ਅੱਛਾ ਤੈਂ ਇਹਨੂੰ ਜਾਣ ਕੇ ਕੁਛ ਨਹੀਂ ਕਿਹਾ ਤੀ ਉਦੋਂ ਜਦੋਂ ਤੈਨੂੰ ਇਹ ਬੋਲੀ ਤੀ ਹਾਂ ਮੈਂ ਪਹਿਲਾਂ ਇਹਨੂੰ ਪੂਰੀ ਘੈਂਟ ਬਣਾਉਣਾ ਚਾਹੁੰਦੀ ਸੀ ਘਰ 'ਚ ਸਾਰਿਆਂ ਦੇ ਸਾਹਮਣੇ ਮੈਂ ਕਿਹਾ ਮੈਂ ਇਹਨੂੰ ਪੂਰੀ ਘੈਂਟ ਬਣਾ ਕੇ ਫਿਰ ਨੱਪੂੰਗੀ ਨਾਲੇ ਦੂਜਿਆਂ ਦੇ ਵੀ ਕੰਨ ਹੋ ਜਾਣਗੇ ਅੱਗੇ ਤੋਂ ਕੋਈ ਵਿਰੋਧ ਨਹੀਂ ਕਰੂਗਾ ਮੇਰਾ ਇਸ ਘਰ 'ਚ ਇਹ ਅੰਗਰੇਜ਼ ਰਾਜ ਕਹਿੰਦੇ ਨਾ ਮੈਂ ਅੰਗਰੇਜ਼ ਨੂੰ ਬਣ ਕੇ ਦਿਖਾਇਆ ਇਹਨਾਂ ਨੂੰ ਅੰਗਰੇਜ਼ਾਂ ਦੀ ਨੀਤੀ ਤੀ ਫੁੱਟ ਪਾਓ ਰਾਜ ਕਰੋ ਉਹ ਨੀਤੀ ਮੈਂ ਬਣਾਈ ਹੈ ਜਦੋਂ ਇਹਦੇ ਸਾਰੇ ਉਲਟ ਕਰਤੇ ਫਿਰ ਮੈਂ ਦਵਾ ਲਿਆ ਇਹਨੂੰ ਅੱਛਾ ਅੱਛਾ ਮੰਨ ਗਏ ਤੇਰੇ ਦਿਮਾਗ ਨੂੰ ਵਾਕਈ ਤੇਰਾ ਦਿਮਾਗ ਹੈਗਾ ਹੁਣ ਤਾਂ ਤੈਨੂੰ ਕਹਿਣਾ ਹੀ ਪਊਗਾ ਅੰਗਰੇਜ਼ਾਂ ਨੂੰ ਕਹਿਣਾ ਤਾਂ ਪਊਗੀ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ ਬਾਬਾ ਅਲੀ ਮੁਹੰਮਦ ਰਹੀਮ ਯਾਰ ਖਾਨ ਪਾਕਿਸਤਾਨ ਇਮਰਾਨ ਅਲੀ ਸੀਮਾ ਮਲੋਟ ਤੋਂ ਪੱਲਵੀ ਕੌਰ ਪਰਮਿੰਦਰ ਕੌਰ ਸਰਾਂ ਪੰਨੀ ਵਾਲਾ ਮੋਰੀਕਾ ਪ੍ਰਦੀਪ ਕੌਰ ਮੋੜ ਮੰਡੀ ਗੁਰਜੀਤ ਸਿੰਘ ਪਰਮਾਰ ਪੱਪੀਆਣਾ ਬਲਦੇਵ ਸਿੰਘ ਸਾਇਆ ਕਰਮ ਸਿੰਘ ਪਿੰਡ ਅਜਿੱਤ ਗਿੱਲ ਤੋਂ ਪਰਮਜੀਤ ਕੌਰ ਟੱਲੇਵਾਲ ਕੁਲਦੀਪ ਮਨਿਆਣਾ ਕੁਲਦੀਪ ਸਿੰਘ ਗਿੱਲ ਕੁਲਵਿੰਦਰ ਕੌਰ ਗਰੇਵਾਲ ਗੁਰਜਸ ਗਿੱਲ ਨਾਗਲਾ ਹਰਦੀਪ ਸੰਧੂ ਮੱਲੇਕਾ ਜ਼ਿਲ੍ਹਾ ਸਿਰਸਾ ਇਲਾਹੀ ਕਿਰਨ ਹਿੰਮਤਪੁਰਾ ਮੋਗਾ ਹਰਵਿੰਦਰ ਕੌਰ ਆਸਟ੍ਰੇਲੀਆ ਅਵੀਜੋਤ ਸਿੰਘ ਮਹਿਕਦੀਪ ਕੌਰ ਪਿੰਡ ਦਿਆਲਪੁਰ ਮਿਰਜ਼ਾ ਸੁਰਿੰਦਰ ਸ਼ਰਮਾ ਗੱਗੂ ਭੱਟੀ ਬਾਜੀਗਰ ਪਿੰਡ ਸੁੱਖੋ ਮਾਜਰਾ ਮਨਪ੍ਰੀਤ ਕੁਵਾਤਰਾ ਕਾਕਾ ਸਿੰਘ ਹਰਮਨ ਸਿੰਘ ਉੱਭਾ ਜ਼ਿਲ੍ਹਾ ਮਾਨਸਾ ਸ਼ੁਕਰੀਆ ਜੀ ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਵੀਡੀਓ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ ਮਿਹਰਬਾਨੀ ਜੀ ਰੱਬ ਰਾਖਾ